ਮੈਂ ਜਿਮੀ ਬਰਾੜ ਫਿਰ ਤੋਂ ਪੇਸ਼ ਹਾਂ ਜਸ ਟੀਵੀ ਨੂੰ ਲੈ ਕੇ ਇੱਕ ਪ੍ਰੋਗਰਾਮ ਕਮਿਊਨਿਟੀ ਕਨੈਕਟ ਤੇ ਆਪਣੇ ਨਾਲ ਆਪਣੇ ਗੈਸਟ ਵੀ ਜੁੜ ਚੁੱਕੇ ਨੇ ਤੇ ਆਪਾਂ ਗੱਲਬਾਤ ਕਰਾਂਗੇ ਆਪਾਂ ਪਹਿਲੇ ਉਹਨਾਂ ਦਾ ਸਹੀ ਸਰਦਾਰ ਗੁਰਿੰਦਰ ਸਿੰਘ ਜੀ ਖਾਲਸਾ ਖਾਲਸਾ ਜੀ ਤੁਹਾਡਾ ਬਹੁਤ ਨਿੱਘਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਹਾਡਾ ਤੁਹਾਨੂੰ ਆਪਾਂ ਪਹਿਲਾਂ ਵੀ ਗੱਲਬਾਤ ਕਰ ਰਹੇ ਤੁਸੀਂ ਵੀ ਲੋਕਲ ਰਹਿੰਦੇ ਹੋ ਫਿਸ਼ਰ 'ਚ ਤੇ ਮੈਂ ਇੱਥੇ ਪਲੇਨਫੀਲਡ ਰਹਿੰਦਾ ਇੰਡੀਅਨ ਐਪਲਸ ਤੇ ਆਪਾਂ ਇਹ ਜਿਹੜਾ ਸ਼ੋਅ ਚਲਾਇਆ ਸੀ ਕੱਲ੍ਹ ਆਪਾਂ ਕੀਤਾ ਸੀ ਸਿਰਫ ਸਰਕਾਰਾਂ ਤੇ ਕਿਸਾਨਾਂ ਦੇ ਅੱਜ ਮੈਂ ਜਿਹੜੀ ਗੱਲਬਾਤ ਕਰਨੀ ਚਾਹੁੰਦਾ ਤੁਹਾਡੇ ਨਾਲ ਕਿ ਜਿਹੜਾ ਲੋਕਤੰਤਰ ਹੈ ਉਹ ਕੀ ਹੈ ਲੋਕਤੰਤਰ ਕਿਹਨੂੰ ਕਹਿੰਦੇ ਨੇ ਜਾਂ ਇਨਸਾਨੀਅਤ ਕਿੱਥੇ ਬਸਦੀ ਹੈ ਤੁਸੀਂ ਵੀ ਕਾਫੀ ਅਰਸੇ ਤੋਂ ਇੱਥੇ ਅਮਰੀਕਾ ਦੇ ਵਿੱਚ ਰਹਿੰਦੇ ਹੋ ਆਪਾਂ ਇੱਕ ਦੂਜੇ ਨਾਲ ਮਿਲਦੇ ਹਾਂ ਤੇ ਇੱਥੇ ਕਦਰ ਹੈ ਲੋਕਾਂ ਦੀ ਬੰਦੇ ਦੀ ਇਨਸਾਨ ਦੀ ਕਦਰ ਹੈ ਨਾ ਕਿ ਆਪਾਂ ਟਰੰਪ ਨਾਲ ਜੁੜੇ ਹਾਂ ਜਾਂ ਜੋ ਬਾਈਡਨ ਨਾਲ ਜੁੜੇ ਤੁਸੀਂ ਕਾਫੀ ਪੋਲੀਟੀਕਲ ਲੋਬੇ ਦੇ ਵਿੱਚ ਕਰਮ ਰਹਿੰਦੇ ਹੋ ਸਰਕਾਰਾਂ ਵੀ ਇਹਨਾਂ ਗੱਲਾਂ ਦੇ ਵਿੱਚ ਤੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਵੀ ਤੁਸੀਂ ਤੁਹਾਡੇ ਹਿਸਾਬ ਦੇ ਨਾਲ ਜੇ ਲੋਕਤੰਤਰ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਸਰਕਾਰਾਂ ਕਹਿ ਰਹੀਆਂ ਕਿ ਅਸੀਂ ਲੋਕਾਂ ਦੇ ਸੇਵਾਦਾਰ ਹਾਂ ਅਸੀਂ ਚੌਕੀਦਾਰ ਹਾਂ ਤੇ ਉਹ ਕਿਤੇ ਨਾ ਕਿਤੇ ਇਸ ਗੱਲ ਤੇ ਚਾਨਣਾ ਪਾਓ ਵੀ ਜਿਹੜੇ ਇੱਥੇ ਅਮਰੀਕਾ ਜਾਂ ਕੈਨੇਡਾ ਦੇ ਜਾਂ ਹੋਰ ਬਾਹਰਲੇ ਮੁਲਕਾਂ ਦੇ ਜਿੱਥੇ ਲੋਕਤੰਤਰ ਹੈ ਉਹਨਾਂ ਦੇ ਚੌਕੀਦਾਰ ਤੇ ਜਿਹੜੇ ਸਾਡੇ ਇੰਡੀਆ ਦੇ ਚੌਕੀਦਾਰ ਆਪਣੇ ਆਪ ਨੂੰ ਕਹਿੰਦੇ ਨੇ ਇਹ ਕਿੱਥੇ ਕੁ ਬੈਠੇ ਹਾਂ ਆਪਾਂ ਇਹ ਚੌਕੀਦਾਰੇ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ ਦੇਖੋ ਮੈਂ ਅਸੀਂ ਇੱਕੋ ਗੱਲ ਤੋਂ ਸ਼ੁਰੂ ਕਰਨਾ ਚਾਹੁੰਦੇ ਹਾਂ ਕਿ ਕਿਸੇ ਵੀ ਦੇਸ਼ ਦੇ ਵਿੱਚ ਡੈਮੋਕ੍ਰੇਸੀ ਤਿੰਨ ਚੀਜ਼ਾਂ ਨੂੰ ਪ੍ਰੋਟੈਕਟ ਕਰਦੀ ਹੈ ਤੁਹਾਡੀ ਡਿਗਨਿਟੀ ਤੇ ਰਿਸਪੈਕਟ ਜਿਹੜੀ ਹੈ ਉਹ ਨੰਬਰ ਵਨ ਹੈ ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ ਦੂਸਰਾ ਹੈਗਾ ਸੇਫਟੀ ਸਿਕਿਉਰਿਟੀ ਐਂਡ ਜਸਟਿਸ ਔਰ ਤੀਸਰੀ ਕੈਟਾਗਰੀ ਆਉਂਦੀ ਹੈ ਉਹਦੇ ਵਿੱਚ ਇਕਨੋਮਿਕ ਐਂਡ ਐਜੂਕੇਸ਼ਨ ਓਪਰਚੁਨਿਟੀਜ਼ ਇਹ ਜਿਹੜੀਆਂ ਤਿੰਨ ਨੇ ਆਪਾਂ ਜੇ ਆਪਾਂ ਪਿੱਛੇ ਵੀ ਝਾਤ ਮਾਰੀਏ ਭਾਵੇਂ ਸਾਨੂੰ ਇਹਨਾਂ ਉੱਤੇ ਤਿੰਨਾਂ ਉੱਤੇ ਭਾਵੇਂ ਅਸੀਂ ਅੱਜ ਅਸੀਂ ਇਹਨੂੰ ਡੈਮੋਕ੍ਰੇਸੀ ਦਾ ਨਾਂ ਲੈਂਦੇ ਹਾਂ ਜਾਂ ਲੋਕਤੰਤਰ ਕਹਿੰਦੇ ਹਾਂ ਲੇਕਿਨ ਜਦੋਂ ਅਸੀਂ ਆਪਣੇ ਮੁਲਕ 'ਚੋਂ ਆਏ ਇਸੇ ਕਰਕੇ ਆਏ ਕਿਉਂਕਿ ਇੰਡੀਆ ਦੇ ਵਿੱਚ ਸਾਡੀ ਸੇਫਟੀ ਜਿਹੜੀ ਸੀ ਸਭ ਤੋਂ ਵੱਡੀ ਸੀ ਖਾਸ ਕਰਕੇ ਸਿੱਖਾਂ ਨੂੰ 84 ਦੇ ਜੈਨੋਸਾਈਡ ਤੋਂ ਬਾਅਦ ਜਿਹੜੀ ਸੀਗੀ ਡਿਗਨਿਟੀ ਐਂਡ ਰਿਸਪੈਕਟ ਇਸ ਕਰਕੇ ਅਸੀਂ ਉੱਥੋਂ ਆਏ ਦੂਸਰਾ ਸੀਗਾ ਸਾਡੇ ਵਾਸਤੇ ਸੇਫਟੀ ਵੀ ਨਹੀਂ ਸੀ ਸਿਕਿਉਰਿਟੀ ਨਹੀਂ ਜਸਟਿਸ ਨਹੀਂ ਹੈਗਾ ਤੀਸਰੀ ਜਿਹੜੀ ਹੈ ਐਜੂਕੇਸ਼ਨ ਆਪ ਐਂਡ ਆਪ ਇਕਨੋਮਿਕ ਓਪਰਚੁਨਿਟੀ ਦਾ ਡਿਸਟੈਂਸ ਡਰੀਮ ਸੀਗਾ ਇੰਡੀਆ ਦੇ ਵਿੱਚ ਹਜੇ ਵੀ ਦੇਖ ਲਓ ਕਿ ਜਿੱਥੇ ਚੌਥਾ ਹਿੱਸਾ ਜਿਹੜੀ ਆਬਾਦੀ ਹੈ ਹਿੰਦੁਸਤਾਨ ਦੀ ਉਹ ਬੇਰੁਜ਼ਗਾਰ ਹੈ ਤੇ ਜਿਹੜੀ ਬਾਕੀ ਦੀ ਵੀ ਬੇਰੁਜ਼ਗਾਰ 'ਚ ਵੀ ਹੈ ਉਹ ਵੀ ਅੰਡਰ ਇੰਪਲੋਇਮੈਂਟ ਹੈਗੀ ਹੈ ਤੋ ਅਮਰੀਕਾ ਵਰਗੇ ਮੁਲਕ ਦੀ ਤਾਂ ਅਸੀਂ ਜਾਂ ਜਿੰਨੇ ਵੀ ਵੈਸਟਰਨ ਕੰਟਰੀਜ਼ ਨੇ ਉਹਨਾਂ ਦੀ ਅਸੀਂ ਰੀਸ ਨਹੀਂ ਕਰ ਸਕਦੇ ਜਿਸ ਤਰ੍ਹਾਂ ਤੁਸੀਂ ਹੁਣੇ ਹੀ ਜ਼ਿਕਰ ਕੀਤਾ ਕਿ ਜੇ ਇੱਥੇ ਕੋਈ ਇਨਸਾਨ ਬਿਮਾਰ ਹੋ ਜਾਂਦਾ ਭਾਵੇਂ ਉਹ ਇੱਕ ਹੋਮਲੈਸ ਹੈ ਤੇ ਭਾਵੇਂ ਉਹ ਪ੍ਰੈਜ਼ੀਡੈਂਟ ਆਫ ਯੂਨਾਈਟਿਡ ਸਟੇਟਸ ਹੈ ਉਹਨਾਂ ਨੂੰ ਆਲਮੋਸਟ ਸੇਮ ਟ੍ਰੀਟਮੈਂਟ ਮਿਲਦੀ ਇਮੀਡੀਏਟਲੀ ਕਿਉਂਕਿ ਇੱਥੇ ਜਿਹੜੀ ਜਾਨ ਦੀ ਇੰਨੀ ਵੈਲਿਊ ਹੈਗੀ ਹੈ ਔਰ ਇਹ ਨਹੀਂ ਹੈਗਾ ਕਿ ਇਹ ਹਮੇਸ਼ਾ ਹੀ ਇੱਦਾਂ ਸੀਗੀ ਇਹਦੇ ਵਾਸਤੇ ਵੀ ਦੇਖੋ ਸ਼ੁਰੂ ਤੋਂ ਹੀ ਖਾਸ ਕਰਕੇ ਜਿਹੜਾ ਸਿਵਲ ਵਾਰ ਹੋਇਆ ਉਸ ਤੋਂ ਬਾਅਦ ਜਿਹੜਾ ਇੱਥੇ ਸਿਵਲ ਰਾਈਟਸ ਮੂਵਮੈਂਟਸ ਹੋਈਆਂ ਔਰ ਸੈਗਰੀਗੇਸ਼ਨ ਹੋਈ ਪਹਿਲਾਂ ਮਤਲਬ ਕਿ ਇੱਥੇ ਸਲੇਵਰੀ ਵੀ ਸੀ ਹਰ ਇੱਕ ਨੂੰ ਇੱਦਾਂ ਨਹੀਂ ਮਿਲਦੀ ਰਹੀ ਉਹਦੇ ਵਾਸਤੇ ਫਾਈਟ ਕਰਨਾ ਪਿਆ ਔਰ ਮੈਂ ਥੋੜ੍ਹਾ ਜਿਹਾ ਹੀ ਮਾੜਾ ਜਿਹਾ ਦੱਸਦਾ ਕਿ ਆਪਣੇ ਬਹੁਤ ਸਾਰੇ ਲੋਕ ਜਿਹੜੇ ਨੇ ਆਪਣੇ ਪੰਜਾਬੀ ਨੇ ਉਹ ਥੋੜ੍ਹਾ ਜਿਹਾ ਇਤਿਹਾਸ ਤੋਂ ਘੱਟ ਜਾਣੂ ਹੁੰਦੇ ਨੇ ਖਾਸ ਕਰਕੇ ਜਿਹੜਾ ਭਗਤ ਸਿੰਘ ਤਿੰਦ ਸੀਗਾ ਉਸ ਨੇ ਜਦੋਂ ਇਸ ਅਮਰੀਕਾ ਦੀ ਧਰਤੀ ਦੇ ਵਿੱਚ 1910-12 ਦੇ ਦਸ਼ਕ ਦੇ ਵਿੱਚ ਆਇਆ ਔਰ ਉਸ ਟਾਈਮ ਤਾਂ ਭਗਤ ਸਿੰਘ ਤਿੰਦ ਨੇ ਇੱਥੇ ਅਮਰੀਕਾ ਦੇ ਨਾਲ ਜਦੋਂ ਫਸਟ ਵਰਲਡ ਵਾਰ ਦੇ ਵਿੱਚ ਅਮਰੀਕਾ ਵੱਲੋਂ ਉਹ ਸੈਕਿੰਡ ਵਰਲਡ ਵਾਰ 'ਚ ਲੜਿਆ ਜਦੋਂ ਵਾਪਸ ਅਮਰੀਕਾ ਪਹੁੰਚਿਆ ਭਗਤ ਸਿੰਘ ਤਿੰਦ ਔਰ ਉਹਨੂੰ ਡਿਨਾਈ ਕਰ ਦਿੱਤਾ ਵੀ ਤੈਨੂੰ ਸਿਟੀਜ਼ਨਸ਼ਿਪ ਅਸੀਂ ਨਹੀਂ ਦੇ ਸਕਦੇ ਉਸ ਟਾਈਮ ਹੀ ਫੌਟ ਦੈਟ ਕੇਸ ਆਲ ਦੇ ਵੇ ਟੂ US ਸੁਪਰੀਮ ਕੋਰਟ ਉਹਦੀ ਬਦੌਲਤ ਅੱਜ ਨਾ ਕੇਵਲ ਸਿੱਖਾਂ ਨੂੰ ਬਲਕਿ ਜਿੰਨੇ ਵੀ ਪੀਪਲ ਆਫ ਕਲਰ ਨੇ ਉਹਨਾਂ ਨੂੰ ਜਿਹੜਾ ਸਿਟੀਜ਼ਨਸ਼ਿਪ ਦਾ ਹੱਕ ਹੈ ਤੋ ਇਸ ਕਰਕੇ ਸਿੱਖਾਂ ਦੀ ਤਾਂ ਬਹੁਤ ਜ਼ਿਆਦਾ ਦੇਣ ਰਹੀ ਹੈ ਡੈਮੋਕ੍ਰੇਸੀ ਨੂੰ ਹਰ ਟਾਈਮ ਬਚਾਉਣ ਵਾਸਤੇ ਵੀ ਖਾਸ ਕਰਕੇ ਜਿਵੇਂ ਤੁਸੀਂ ਗੱਲ ਕੀਤੀ ਡੈਮੋਕ੍ਰੇਸੀ ਦੀ ਚਾਹੇ ਅਮਰੀਕਾ ਦੇ ਵਿੱਚ ਇੰਨੀ ਡੈਮੋਕ੍ਰੇਸੀ ਉਹਦੇ ਬਾਵਜੂਦ ਵੀ ਜੇ ਅਸੀਂ ਉਹ 'ਚ ਐਕਟਿਵ ਨਹੀਂ ਹੁੰਦੇ ਜੇ ਅਸੀਂ ਉਹਦੇ ਵਿੱਚ ਪਾਰਟੀਸਪੇਟ ਨਹੀਂ ਕਰਦੇ ਤਾਂ ਟਰੰਪ ਤੁਸੀਂ ਦੇਖਿਆ ਹੀ ਹੈ ਟਰੰਪ ਵਰਗੇ ਬੰਦੇ ਆ ਜਾਂਦੇ ਨੇ ਪਰ ਡੈਮੋਕ੍ਰੇਸੀ ਦੀਆਂ ਇੱਥੇ ਜੜ੍ਹਾਂ ਇੰਨੀਆਂ ਮਜ਼ਬੂਤ ਨੇ ਕਿ ਜਿਹੜਾ ਵੀ ਟਰੰਪ ਵਰਗਾ ਬੰਦਾ ਵੀ ਹੈ ਜੇ ਉਹਨੂੰ ਇੱਕ ਵਾਰੀ ਚਾਂਸ ਦੇਤਾ ਤੇ ਦੂਜੀ ਵਾਰ ਲਾ ਕੇ ਉਹ ਮਾਰਿਆ ਚੱਕ ਕੇ ਸਾਈਆਂ ਨੇ ਤੋ ਇਸ ਕਰਕੇ ਡੈਮੋਕ੍ਰੇਸੀ ਜਿਹੜੀ ਹੈ ਉਹਦੀ ਉਹਦਾ ਪਹਿਰਾ ਰੱਖਣੇ ਵੀ ਜ਼ਰੂਰਤ ਹੈ ਕਹਿਣ ਦਾ ਮਤਲਬ ਹੈ ਕਿ ਜਿੱਦਾਂ ਹੁਣ ਆਪਣੇ ਇਲੈਕਸ਼ਨ ਹੋਏ ਨੇ ਤੇ ਜੇ ਦੇਖਿਆ ਕਿ ਟਰੰਪ ਸਾਹਿਬ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੇ ਕੁਛ ਜਿਹੜੀਆਂ ਰਣਨੀਤੀਆਂ ਆਪਣੇ ਤਰੀਕੇ ਨਾਲ ਡੈਮੋਕ੍ਰੈਟ ਤੋਂ ਬਾਹਰ ਜਾ ਕੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜੇ ਇੱਥੇ ਦੇ ਇਸ ਮੁਲਕ ਦੇ ਪਹਿਰਾਦਾਰ ਨੇ ਜਾਂ ਇੱਥੇ ਦੇ ਸਿਟੀਜ਼ਨ ਨੇ ਉਹਨਾਂ ਨੇ ਇਕੱਠੇ ਹੋ ਕੇ ਉਹਨੂੰ ਜਵਾਬ ਦਿੱਤਾ ਜੋ ਜਿਸ ਤਰ੍ਹਾਂ ਹੁਣ ਇੰਡੀਆ ਦੇ ਰਹੇ ਨੇ
ਜਿਹੜਾ ਆਪਾਂ ਨੂੰ ਅੱਜ ਤੋਂ 35 ਸਾਲ 30 35 ਸਾਲ ਪਹਿਲਾਂ ਦੇਣਾ ਚਾਹੀਦਾ ਸੀ, ਤਾਂ ਕਿ ਜਿਹੜੀ ਪਰਕਰਮਾ ਉਹਨੀ ਬਣਾਈ ਹੋਈ ਸੀ ਕਿ ਜੋ ਰਾਜਨੀਤੀ ਹੈ ਉਹ ਇੱਕੋ ਘਰਾਣੇ ਦੇ ਕੋਲ ਸੀ ਜਾਂ ਇੱਕ ਪਰਿਵਾਰ ਵਿੱਚ ਆ ਗਈ ਉੱਥੇ ਹੀ ਰਹਿੰਦੀ ਸੀ। ਇਹ ਜਿਹੜੀ ਤੁਸੀਂ ਗੱਲ ਕਰ ਰਹੇ ਬਿਲਕੁਲ ਹੀ ਇੱਦਾਂ ਚਾਹੀਦੀ ਕਿ ਜੇ ਸਮੇਂ-ਸਮੇਂ ਦੇ ਨਾਲ ਕੋਈ ਕੋਈ ਗਲਤ ਲਾ ਲਓ ਜਾਂ ਉਹ ਕੋਈ ਗਲਤ ਬੰਦਾ ਚੁਣਿਆ ਗਿਆ ਜਾਂ ਉਹ ਜੋ ਚੁਣਨ ਤੋਂ ਬਾਅਦ ਬਦਲ ਗਿਆ ਉਹ ਆਪਣੀਆਂ ਰਣਨੀਤੀਆਂ ਅਪਣਾਉਣ ਲੱਗ ਗਿਆ, ਉੱਥੇ ਜ਼ਰੂਰ ਖੜੇ ਹੋਣਾ ਚਾਹੀਦਾ। ਹੁਣ ਤੁਸੀਂ ਖੁਦ ਦੇਖਿਆ ਇੱਥੇ ਕਿ ਇਲੈਕਸ਼ਨ ਹੋਈ ਕਿ ਉਹ ਪ੍ਰੈਜ਼ੀਡੈਂਟ ਹੁੰਦਿਆਂ ਹੁੰਦਿਆਂ ਆਪ ਹੀ ਕਹਿ ਰਿਹਾ ਕਿ ਮੇਰੀ ਇਲੈਕਸ਼ਨ ਦੇ ਨਾਲ ਫਰੌਡ ਕੀਤਾ ਗਿਆ, ਤੇ ਲੋਕਾਂ ਨੇ ਨਾਲ ਹੀ ਕੁਐਸਚਨ ਉਠਾਇਆ ਕਿ ਪ੍ਰੈਜ਼ੀਡੈਂਟ ਦਾ ਤੂੰ ਆ, ਤੂੰ ਕਿਸ ਤਰ੍ਹਾਂ ਕਹਿ ਸਕਦਾ ਕਿ ਫਰੌਡ ਹੋਇਆ ਜੇ ਇੱਕ ਪ੍ਰੈਜ਼ੀਡੈਂਟ ਇੱਕ ਕੰਟਰੀ ਦੀ ਜਿਹੜੀ ਇਲੈਕਸ਼ਨ ਨਹੀਂ ਸਿੱਧੇ ਤਰੀਕੇ ਨਾਲ ਕਰਾ ਸਕਦਾ, ਫਿਰ ਹੋਰ ਕੌਣ ਕਰਾਊ। ਇਸੇ ਬਿਲਕੁਲ ਕਰਕੇ ਮੈਨੂੰ ਲੱਗਦਾ ਵੀ ਉਹਨੇ ਜਿੱਦਣ ਇਹ ਬਿਆਨ ਦਿੱਤਾ ਉਸ ਦਿਨ ਤੋਂ ਲੋਕਾਂ ਦੇ ਮਨ ਵਿੱਚ ਹੋਰ ਰੋਸ ਹੋ ਗਿਆ ਕਿ ਇੱਕ ਪ੍ਰੈਜ਼ੀਡੈਂਟ ਹੀ ਇਹ ਗੱਲ ਕਹਿ ਰਿਹਾ ਜਿਹੜੀ ਉਹ ਸਰਾਸਰ ਝੂਠ ਸੀ। ਕਿਉਂਕਿ ਇੱਥੇ ਜਦੋਂ ਇਲੈਕਸ਼ਨ ਹੁੰਦੀ ਆ ਸਾਰਿਆਂ ਨੂੰ ਪਤਾ ਕਿ ਇਲੈਕਸ਼ਨ ਦੇ ਵਿੱਚ ਫਰੌਡ ਕਰਨਾ 0% ਵਾਲੀ ਗੱਲ ਆ, ਉਹ ਹੋ ਨਹੀਂ ਸਕਦਾ। ਲੇਕਿਨ ਇਲੈਕਸ਼ਨ ਨੂੰ ਟਰਨ ਓਵਰ ਕਰਨ ਨੂੰ ਜੋ ਵੀ ਹੱਥ ਕੰਡੇ ਅਪਣਾਏ ਗਏ ਉਹ ਗਲਤ ਸੀ। ਉਸ ਲੋ ਉਹ ਰੋਸ ਕਰਕੇ ਲੋਕਾਂ ਨੇ ਹੋਰ ਵੀ ਕਿਹਾ ਕਿ ਜਿਹੜੇ ਉਹਦੇ ਆਪ ਬੰਦੇ ਸੀ, ਜਿਸ ਤਰ੍ਹਾਂ ਮਾਈਕ ਪੈਂਸ ਨੇ ਵੀ ਇਹ ਗੱਲ ਕਹਿਤੀ ਕਿ ਉਹ ਵੀ ਪਿੱਛੇ ਉਹਨੇ ਆਪਣਾ ਹੱਥ ਪਿੱਛੇ ਕਰ ਲਿਆ ਕਿ ਨਹੀਂ ਬਿਲਕੁਲ ਇਦਾਂ ਨਹੀਂ, ਜੇ ਹੁਣ ਜੋ ਬਾਈਡਨ ਜਿੱਤ ਗਿਆ ਤੇ ਆਪਾਂ ਨੂੰ ਉਹਦੀ ਰਿਸਪੈਕਟ ਕਰਨੀ ਚਾਹੀਦੀ ਆ। ਹਾਂਜੀ ਤੇ ਇਸੇ ਤਰ੍ਹਾਂ ਜਿੱਦਾਂ ਮੈਂ ਤੁਹਾਨੂੰ ਇੱਕ ਹੋਰ ਕੁਐਸਚਨ ਪੁੱਛਣਾ ਚਾਹੁੰਦਾ ਕਿ ਤੁਸੀਂ ਇੱਥੇ ਪੋਲਿਟਿਕਸ ਜਾਣਦੇ ਹੋ ਜਿਹੜਾ ਮੇਰੇ ਮਨ ਵਿੱਚ ਵੀ ਆ ਕਿ ਜਦੋਂ ਇੱਥੇ ਕੋਈ ਵੱਡਾ ਪੋਲੀਟੀਸ਼ੀਅਨ ਕੋਈ ਘੁਟਾਲਾ ਕਰਦਾ ਜਿੱਦਾਂ ਆਪਣੇ ਪੈਸੇ ਲੈ ਕੇ ਇੰਡੀਆ ਤੋਂ ਇੰਗਲੈਂਡ ਆ ਕੇ ਵੱਸ ਗਏ, ਤੁਹਾਨੂੰ ਨਾਂ ਵੀ ਤਾਂ ਪਤਾ ਹੋਣਾ, ਮੇਰੇ ਤੋਂ ਜ਼ਿਆਦਾ ਮਾਲੂਮ ਆ ਵੀ ਕੌਣ ਹੋਊਗਾ, ਤੇ ਇੱਥੋਂ ਦੇ ਜਿਹੜੇ ਪੋਲੀਟੀਸ਼ੀਅਨ ਤੁਸੀਂ ਕਿੰਨੇ ਕੁ ਦੇਖੇ ਕਿ ਜਿਹੜੇ ਇੱਦਾਂ ਦੇ ਵੱਡੇ ਘਪਲੇ ਕਰਕੇ ਬਚ ਗਏ? ਕੋਈ ਹੈ ਤੁਹਾਡੇ ਜਾਣ ਪਛਾਣ ਕਿ ਉਹ ਨਹੀਂ ਘਪਲਾ ਕੀਤਾ ਹੋਵੇ ਪੋਲੀਟੀਸ਼ੀਅਨ ਨੇ ਉਹ ਬਚ ਗਿਆ? ਦੇਖੋ ਇੱਥੇ ਨਾ ਚੈੱਕ ਐਂਡ ਬੈਲੈਂਸਿਸ ਇੰਨੇ ਜ਼ਿਆਦਾ ਨੇ ਕਿ ਇੱਥੇ ਕਪਲਾ ਨਹੀਂ ਕਰ ਸਕਦੇ, ਕਿਉਂਕਿ ਇੱਥੇ ਰਾਜਨੀਤੀ ਜਿਹੜੀ ਹੈ ਇੰਡੀਵਿਜੁਅਲ ਬੇਸ ਨਹੀਂ ਹੈਗੀ ਕਿਸੇ ਇੱਕ ਬੰਦੇ ਦਾ, ਮਤਲਬ ਕਿ ਜਿਸ ਤਰ੍ਹਾਂ ਕਿ ਇੰਡੀਆ ਦੇ ਵਿੱਚ ਮੋਦੀ ਦੇ ਲੋਕ ਨਾਲ ਲੱਗੇ ਹੋਏ ਨੇ, ਇੱਥੇ ਪਹਿਲੀ ਵਾਰੀ 100 ਸਾਲ 'ਚ ਪਹਿਲੀ ਵਾਰੀ ਹੋਇਆ ਕਿ ਇੱਕ ਟਰੰਪ ਦਾ ਆਪਣਾ ਬੇਸ ਬਣਿਆ। ਅਦਰਵਾਈਜ਼ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਜਿਹੜਾ ਪੋਲੀਟੀਸ਼ੀਅਨ ਹੈ ਉਹਦਾ ਆਪਣਾ ਬੇਸ ਨਹੀਂ ਹੁੰਦਾ, ਉਹਦਾ ਜਿਹੜਾ ਬੇਸ ਹੈ ਉਹ ਸਿਰਫ ਜਿਹੜੀ ਆਈਡੀਓਲੋਜੀ ਹੈ ਜਾਂ ਰਿਪਬਲਿਕਨ ਹੈ ਜਾਂ ਡੈਮੋਕ੍ਰੇਟ ਆਈਡੀਓਲੋਜੀ ਹੈ, ਮਤਲਬ ਕਿ ਪਾਰਟੀ ਬੇਸ ਹੈਗਾ, ਪਾਰਟੀ ਦਾ ਆਪਣਾ ਬੇਸ ਹੁੰਦਾ ਹੈ, ਲੇਕਿਨ ਕਿਸੇ ਵੀ ਵਿਅਕਤੀ ਵਿਸ਼ੇਸ਼ ਦਾ, ਕਿਸੇ ਵੀ ਪੋਲੀਟੀਸ਼ੀਅਨ ਦਾ ਇੱਥੇ ਆਪਣਾ ਬੇਸ ਨਹੀਂ ਹੁੰਦਾ। ਇਸੇ ਕਰਕੇ ਹੀ ਇੱਥੇ ਨੈਪੋਟਿਜ਼ਮ ਭਾਈ ਭਤੀਜਾ ਵਾਦ ਨਹੀਂ ਚੱਲਦਾ, ਔਰ ਇੱਥੇ ਚੈੱਕ ਐਂਡ ਬੈਲੈਂਸਿਸ ਇੰਨੇ ਜ਼ਿਆਦਾ ਨੇ ਕਿ ਤੁਹਾਡੇ ਵਾਸਤੇ ਜਿਹੜਾ ਖਾਸ ਕਰਕੇ ਪੋਲੀਟਿਕਸ ਦੇ ਵਿੱਚ ਫਰੋਡ ਕਰਨਾ ਜਾਂ ਪੋਲਿਟਿਕਸ ਦੇ ਵਿੱਚ ਤੁਸੀਂ ਕਰਪਸ਼ਨ ਕਰਨਾ ਉਹ ਬੜਾ ਰੇਅਰ ਹੈ, ਹੁੰਦਾ ਲੇਕਿਨ ਬਹੁਤ ਰੇਅਰ ਹੈ, ਔਰ ਜਦੋਂ ਵੀ ਕੋਈ ਐਸਾ ਬੰਦਾ ਕੋਈ ਕਰਦਾ ਹੈ ਉਹਨੂੰ ਛੇਤੀ ਉਹਨੂੰ ਦੇ ਉਹਨੂੰ ਜਸਟਿਸ ਡਿਲੀਵਰ ਹੋ ਜਾਂਦਾ ਬੜੀ ਛੇਤੀ, ਇਸ ਕਰਕੇ ਇੱਥੇ। ਪਰ ਲੇਕਿਨ ਮੈਂ ਤੁਹਾਡੀ ਇੱਥੋਂ ਇਹ ਦੱਸਣਾ ਚਾਹੁੰਦਾ ਕਿ ਖਾਸ ਕਰਕੇ ਜਿਹੜਾ ਪ੍ਰੋਟੈਸਟ ਹੈ ਇੰਡੀਆ ਦੇ ਵਿੱਚ ਜਿਹੜਾ ਚੱਲ ਰਿਹਾ, ਕਿਉਂਕਿ ਜਦੋਂ 1920-19 ਦੇ ਵਿੱਚ ਜਦੋਂ ਮੋਦੀ ਦੁਬਾਰਾ ਆਇਆ ਉਸ ਟਾਈਮ ਇਹ ਲੱਗ ਰਿਹਾ ਸੀਗਾ ਕਿ ਕਿਉਂਕਿ ਉਹਨਾਂ ਦੇ ਕੋਲ ਜ਼ਰੂਰ ਜਿਹੜੇ ਉਹਨਾਂ ਦੀ EVM ਮਸ਼ੀਨਾਂ ਨੇ ਉਹਨਾਂ ਕੋਲ ਵੀ ਉਹਦਾ ਕੋਈ ਨਾ ਕੋਈ ਘਪਲਾ ਜ਼ਰੂਰ ਹੈ, ਚਲੋ ਹੂ ਨੋਜ਼। ਲੇਕਿਨ ਇਹ ਹੈਗਾ ਕਿ ਜਿਸ ਟਾਈਮ ਜਿੰਨੀ ਇਸ ਟਾਈਮ ਉਹਦੀ ਹਰ ਇੱਕ ਜਗ੍ਹਾ ਮੀਡੀਆ ਦੇ ਉੱਤੇ ਪਕੜ ਹੈ, ਇਲੈਕਸ਼ਨ ਦੇ ਉੱਤੇ ਪਕੜ ਹੈ, ਆਮ ਮਾਸਿਸ ਦੇ ਵਿੱਚ, ਫਿਰ ਖਾਸ ਕਰਕੇ ਜਿਹੜਾ RSS ਦੇ ਨਾਲ ਉਹਦਾ ਮੋਦੀ ਦਾ BJP ਦੇ ਰਲ ਕੇ ਉਹੋ ਜਿਹੇ ਬੰਦੇ ਨੂੰ ਹਟਾਉਣਾ ਕੋਈ ਰੈਵੋਲੂਸ਼ਨ ਹੀ ਹੋ ਸਕਦਾ, ਔਰ ਉਦੋਂ ਵੀ ਅਸੀਂ ਇਹ ਗੱਲ ਕਰਦੇ ਸੀ ਕਿ ਇਹੋ ਜਿਹੇ ਬੰਦੇ ਨੂੰ ਹਟਾਉਣ ਵਾਸਤੇ ਰੈਵੋਲੂਸ਼ਨ ਹੀ ਕੋਈ ਆਏ ਤੇ ਇਹਨੂੰ ਹਟਾ ਸਕਦਾ, ਆਮ ਪੋਲੀਟੀਕਲ ਪਾਰਟੀ ਦਾ ਹੁਣ ਕੰਮ ਨਹੀਂ ਹੋਤੇ ਰਿਹਾ। ਔਰ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਹੈ ਕਿ ਸਿੱਖਾਂ ਦੀ ਲੀਡਰਸ਼ਿਪ ਵਿੱਚ ਦੇ ਅੱਗੇ, ਮਤਲਬ ਕਿ ਸਿੱਖਾਂ ਨੂੰ ਉਹਦਾ ਇਸ ਟਾਈਮ ਕ੍ਰੈਡਿਟ ਜਾ ਰਿਹਾ ਕਿ ਉਹ ਲੀਡ ਕਰ ਰਹੇ ਨੇ ਕਿਸਾਨ ਮੋਰਚਾ, ਜਿਹੜੇ ਕਿ ਉਹ 3 ਡੈਥ, ਮਤਲਬ ਕਿ ਪੂਰੇ ਜਿਹੜੇ ਨੇ ਉਹ ਇੱਕ ਤਰ੍ਹਾਂ ਦੇ ਡੈਥ ਬਿੱਲ ਨੇ, ਮਤਲਬ ਕਿਸਾਨੀ ਨੂੰ ਖਤਮ ਕਰਨ ਦੇ, ਔਰ ਉਹਦੇ ਵਿੱਚ ਇੱਡੀ ਵੱਡੀ ਲੀਡ ਲੈ ਰਹੇ ਨੇ ਸਿੱਖ, ਔਰ ਉਹ ਇਸ ਟਾਈਮ ਪੂਰਾ ਹਿੰਦੁਸਤਾਨ ਜੁੜ ਰਿਹਾ। ਇਹੋ ਜਿਹਾ ਰੈਵੋਲੂਸ਼ਨ ਹੀ ਮੋਦੀ ਨੂੰ ਪਲਟੀ ਮਾਰ ਸਕਦਾ। ਆਮ ਜੇ ਤੁਸੀਂ ਕਹੋ ਨਾ ਵੀ ਉੱਤੇ ਰਾਹੁਲ ਗਾਂਧੀ ਵਰਗੀਆਂ ਪਾਰਟੀਆਂ ਸ਼ਾਰਟੀਆਂ ਇੱਧਰ ਉੱਧਰ ਉਰੇ ਪਰੇ, ਔਰ ਖਾਸ ਕਰਕੇ ਜਿਵੇਂ ਜਿਹੜੇ ਅਕਾਲੀ ਦੇ ਇਹਨਾਂ ਦੇ ਨਾਲ ਹੀ ਤੁਰੇ ਫਿਰਦੇ ਨੇ, ਤੋ ਇਸ ਕਰਕੇ ਉੱਤੇ ਵੀ ਇਹ ਤਾਂ ਗੁਰੂ ਨੇ ਇੱਕ ਬਖਸ਼ ਕੀਤੀ ਹੈ। ਦੂਸਰੀ ਮੈਂ ਇੱਥੇ ਤੁਹਾਡੇ TV ਤੇ ਦੱਸਣਾ ਚਾਹੁੰਦਾ ਕਿ ਜਦੋਂ ਜਦੋਂ ਵੀ ਹਿੰਦੁਸਤਾਨ ਦੇ ਅੰਦਰ ਕੋਈ ਵੀ ਬਾਦਸ਼ਾਹ ਨਿਰਦਈ ਹੋਇਆ, ਕੋਈ ਵੀ ਬਾਦਸ਼ਾਹ ਜਦੋਂ ਉਹਨੇ ਆਮ ਪਬਲਿਕ ਦੇ ਉੱਤੇ ਜਦੋਂ ਅਤਿਆਚਾਰ ਸ਼ੁਰੂ ਕੀਤਾ, 5ਵੇਂ ਪਾਤਸ਼ਾਹ ਤੋਂ ਸ਼ੁਰੂ ਹੋ ਕੇ ਉਹਨਾਂ ਨੇ 5ਵੇਂ ਪਾਤਸ਼ਾਹ ਦੀ ਸ਼ਹੀਦੀ, ਉਹ ਇੰਨੀ ਲਾਸਾਨੀ ਸ਼ਹੀਦੀ ਸੀ ਕਿ ਦੁਨੀਆਂ ਦਾ ਹਰ ਤਰ੍ਹਾਂ ਦੀ ਸ਼ਹੀਦੀ ਉਹਦੇ ਸਾਹਮਣੇ ਬੋਨੀ ਹੋ ਜਾਂਦੀ ਹੈ। ਔਰ ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਦਿੱਲੀ ਪਹੁੰਚੇ ਨੇ,
ਔਰ ਉਸ ਗੁਰੂ ਤੇਗ ਬਹਾਦਰ ਜੀ ਦਿੱਲੀ ਗਏ ਨੇ, ਉਸ ਤੋਂ ਬਾਅਦ ਜਿਹੜਾ ਸਰਵਨਾਸ਼ ਸ਼ੁਰੂ ਹੋ ਗਿਆ ਔਰੰਗਜ਼ੇਬ ਦਾ ਤੇ ਮੁਗਲਾਂ ਦਾ। ਫਿਰ ਤੁਸੀਂ ਇਹ ਹਿਸਾਬ ਲਾਓ ਕਿ ਅੰਗਰੇਜ਼ਾਂ ਨੂੰ ਤਖਤ ਤੇ ਰੱਖਣ ਵਾਲੇ ਵੀ ਸਿੱਖ ਸੀ, ਕਿਉਂਕਿ ਬਹੁ ਗਿਣਤੀ ਸਿੱਖ ਜਿਹੜੇ ਸੀ ਉਹ ਮਿਲਟਰੀ ਦੇ ਵਿੱਚ ਸੀ। ਪਰ ਜਦੋਂ ਸਿੱਖਾਂ ਨੇ ਜਦੋਂ ਜਲ੍ਹਿਆਂ ਵਾਲੇ ਬਾਗ ਦੇ ਵਿੱਚ ਅੰਗਰੇਜ਼ਾਂ ਨੇ ਤਸ਼ੱਦਦ ਕੀਤੀ ਹੈ, ਉਦੋਂ ਇਹ ਦੇਖ ਲਓ ਵੀ ਜਿਹਦੇ ਸਨ ਨੈਵਰ ਸਟਾਰਟਸ ਇਨ ਬ੍ਰਿਟਿਸ਼ ਐਮਪਾਇਰ, ਉਸ ਹਕੂਮਤ ਨੂੰ ਵੀ ਸਿੱਖਾਂ ਨੇ ਧੂ ਕੇ ਮਾਰਿਆ। ਉਸ ਤੋਂ ਬਾਅਦ ਜਿਹੜੀ ਸਿੱਖ ਫਿਰ ਅੱਗੇ ਲੀਡਰਸ਼ਿਪ ਇਹ ਲਈ ਕਿ ਭਾਈ ਜਿਹੜੀ ਸਟੇਟ ਨੇ ਉਹਨਾਂ ਨੂੰ ਤੁਸੀਂ ਜ਼ਿਆਦਾ ਹੱਕ ਦਿਓ। ਉਹ ਜਿਹੜਾ 1978 ਦਾ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਸੀਗਾ, ਉਹਦੇ 'ਚ ਸਿਰਫ ਇਹ ਥੋੜੀ ਕਿਹਾ ਸੀ ਪੰਜਾਬ ਨੂੰ ਜ਼ਿਆਦਾ ਹੱਕ ਦਿਓ, ਉਹ 'ਚ ਕਿਹਾ ਵੀ ਪੂਰੇ ਹਿੰਦੁਸਤਾਨ ਦੇ ਜਿਹੜੇ ਸਟੇਟ ਨੇ ਉਹਨਾਂ ਨੂੰ ਜ਼ਿਆਦਾ ਹੱਕ ਦਿਓ, ਔਰ ਜਿਹੜੀਆਂ ਮੇਨ ਚਾਰ ਪੰਜ ਪਾਵਰਾਂ ਨੇ ਡਿਫੈਂਸ ਦੀ ਏ, ਕਰੰਸੀ ਦੀ ਏ, ਫੋਰਨ ਅਫੇਅਰਸ ਦੀ ਏ, ਇੱਕ ਦੀ ਇਦਾਂ ਦੀ ਤੁਸੀਂ ਜਿਹੜੀ ਏ ਸੈਂਟਰ ਰੱਖੇ, ਬਾਕੀ ਸਟੇਟ ਕੋਲ ਦਿਓ, ਉਹਦੇ ਵਿੱਚ ਲੀਡ ਲਈ। ਔਰ ਉਹਦੇ ਵਿੱਚ ਇਹ ਹਿਸਾਬ ਲਾਓ ਕਿ ਇੰਦਰਾ ਗਾਂਧੀ ਨੇ ਨੂੰ ਹੱਥ ਪਾਇਆ ਜਦੋਂ, ਔਰ ਇੰਦਰਾ ਗਾਂਧੀ ਦੇਖ ਲਓ ਵੀ ਜਿਹੜੀ ਕਹਿੰਦੇ ਸੀ ਵੀ ਉਹ ਵੀ ਇੰਨੀ ਆਇਰਨ ਲੇਡੀ ਹੈ, ਉਹਨੂੰ ਸਿੱਖਾਂ ਨੇ ਧੂ ਕੇ ਮਾਰਿਆ। ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਜੇ ਵਾਹਿਗੁਰੂ ਨੇ ਸੁੱਖ ਰੱਖੀ, ਆਹ ਜਿਹੜਾ ਸਿੱਖਾਂ ਦਾ ਚਲਾਇਆ ਹੋਇਆ ਜਿਹੜਾ ਕਿਸਾਨ ਅੰਦੋਲਨ ਹੈ, ਇਹਦੇ ਵਿੱਚ ਤੁਹਾਡੀ ਜਿਹੜੀ ਇਹੀ ਅੰਦੋਲਨ ਕੀ ਮੋਦੀ ਨੂੰ ਧੂ ਕੇ ਲਾ ਸਕਦਾ ਸੀ ਹੰਸਣ ਤੋਂ, ਹੋਰ ਕੋਈ ਕੁਛ ਨਹੀਂ ਕਰ ਸਕਦਾ। ਤੋ ਇਸ ਕਰਕੇ ਜੇ ਅਸੀਂ ਪੂਰੇ ਹਿਸਟੋਰਿਕ ਇਫੈਕਟ ਨੂੰ ਅੱਜ ਵੇਖੀਏ, ਹੁਣ ਤੱਕ ਪਿਛਲੇ 500 ਸਾਲਾਂ ਦੇ ਇਤਿਹਾਸ ਦੇ ਵਿੱਚ ਜਿਹੜਾ ਵੀ ਹੁਕਮਰਾਨ ਦਿੱਲੀ ਤੇ ਜਾਬਰ ਹੋਇਆ, ਉਹਨੂੰ ਧੂ ਕੇ ਸਿੱਖਾਂ ਨੇ ਲਾਇਆ, ਔਰ ਇਹ ਵੀ ਬਸ ਸਿੱਖਾਂ ਨੇ ਲਾ ਤਾ, ਸਮਝੋ ਇਸ ਮੈਟਰ ਆਫ ਟਾਈਮ ਇਹ ਰੈਵੋਲੂਸ਼ਨ ਏਡਾ ਵੱਡਾ ਹੋ ਜਾਣਾ। ਵਾਹਿਗੁਰੂ ਨੇ ਕਿਰਪਾ ਕੀਤੀ, ਪੂਰੇ ਹਿੰਦੁਸਤਾਨ ਦੇ ਫਾਰਮਰਸ ਨੇ ਨਾਲ ਜੁੜਨਾ, ਇਹਨੇ ਤਰਲੇ ਕਰਨੇ ਨੇ, ਔਰ ਇਹਨੂੰ ਕਿਸੇ ਨੇ ਪੁੱਛਣਾ ਨਹੀਂ। ਵਾਹਿਗੁਰੂ ਅੱਗੇ ਸਾਡੀ ਇਹੀ ਅਰਦਾਸ ਹੈ। ਖਾਲਸਾ ਜੀ, ਖਾਲਸਾ ਜੀ, ਇੱਦਾਂ ਹੀ ਜੁੜੇ ਰਹੋ, ਆਪਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੇਲਾ ਹੋ ਗਿਆ ਬ੍ਰੇਕ ਦਾ, ਤੇ ਆਓ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਬਾਅਦ। ਧੰਨਵਾਦ ਜੀ, ਫਿਰ ਹਾਜ਼ਰ ਹਾਂ ਇੱਕ ਵਾਰੀ ਜਸ ਟੀਵੀ ਤੇ ਕਮਿਊਨਿਟੀ ਕਨੈਕਟ ਨੂੰ ਲੈ ਕੇ। ਖਾਲਸਾ ਜੀ ਸਾਡੇ ਨਾਲ ਜੁੜੇ ਨੇ, ਆਪਾਂ ਫਿਰ ਗੱਲਾਂ ਕਰਾਂਗੇ ਉਸੇ ਹੀ ਮੁੱਦੇ ਤੇ ਕਿ ਜੇ ਲੋਕਤੰਤਰ ਹੁੰਦਾ ਹੈ ਤਾਂ ਕੀ ਹੁੰਦਾ ਹੈ, ਤੇ ਲੋਕਤੰਤਰ ਦੀ ਅਸਲੀਅਤ ਕਿੱਥੇ ਹੈ। ਤੇ ਖਾਲਸਾ ਜੀ, ਮੈਂ ਫਿਰ ਆਪਾਂ ਤੁਹਾਨੂੰ ਇੱਕ ਉਦਾਂ ਸਵਾਲ ਪੁੱਛਦੇ ਹਾਂ ਕਿ ਇਹ ਜਿਹੜਾ ਆਪਾਂ ਇਸ ਮੁਲਕ ਦੇ ਵਿੱਚ ਬੈਠੇ ਹਾਂ, ਲੋਕਤੰਤਰ ਦੀ ਗੱਲ ਕਰਦੇ ਹਾਂ, ਆਪਾਂ ਨੂੰ ਬੜਾ ਵਧੀਆ ਲਾ ਲਓ ਵੀ ਗੁਰੂ ਸਾਹਿਬ ਨੇ ਆਪਣੀ ਕਿਸਮਤ ਵਧੀਆ ਲਿਖੀ ਜਿਹੜੀ ਆਪਾਂ ਇਸ ਮੁਲਕ ਦੇ ਵਿੱਚ ਆ ਗਏ, ਜਾਂ ਕੋਈ ਕੈਨੇਡਾ ਦੇ ਵਿੱਚ ਆ ਗਿਆ ਜਾਂ ਜਰਮਨ 'ਚ ਆ ਗਿਆ, ਪਰ ਉਸ ਬਾਵਜੂਦ ਆਉਣ ਦੇ ਬਾਵਜੂਦ ਵੀ ਕਈ ਸ਼ਰਾਰਤੀ ਲੋਕੀ ਜਿਹੜੇ ਨੇ ਉਹ ਗਲਤ ਸ਼ਰਾਰਤਾਂ ਕਰਦੇ ਨੇ ਗੁਰੂ ਘਰਾਂ ਜਾ ਕੇ, ਜਾਂ ਉਦਾਂ ਰੈਲੀ ਤੇ ਵੀ ਥੋੜੀ ਜਿਹੀ ਹੋਈ। ਇਸੇ ਜਿਹਾ ਲੋਕਾਂ ਨੂੰ ਮੈਂ ਕਹਿੰਦਾ ਤੁਸੀਂ ਸੰਦੇਸ਼ ਦਿਓ ਕਿ ਤੁਸੀਂ ਇੱਥੇ ਪੋਲੀਟੀਕਲ ਨਾਲ ਵੀ ਜੁੜੇ ਹੋ, ਸਾਰਾ ਕੁਝ ਦੇਖਿਆ ਕਿ ਸਾਨੂੰ ਸਾਡਾ ਬਿਹੇਵੀਅਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਨਹੀਂ, ਠੀਕ, ਤੁਹਾਡੀ ਗੱਲ ਸਹੀ ਹੈ, ਕਿਉਂਕਿ ਕੀ ਹੁੰਦਾ ਕਿ ਜੇ ਅਸੀਂ ਤੇ ਤਿੰਨ ਚੀਜ਼ਾਂ ਵਾਸਤੇ ਆਏ ਹਾਂ, ਡਿਗਨਿਟੀ ਐਂਡ ਰਿਸਪੈਕਟ, ਤੇ ਜੇ ਅਸੀਂ ਆਪੀ ਡਿਗਨਿਟੀ ਤੇ ਰਿਸਪੈਕਟ ਭਾਲਦੇ ਹਾਂ ਤੇ ਦੂਜਿਆਂ ਦੀ ਅਸੀਂ ਬੇਇੱਜ਼ਤੀ ਕਰਦੇ ਹਾਂ, ਤੇ ਇਹਦਾ ਮਤਲਬ ਕਿ ਇਦੋਂ ਵੱਡੀ ਲਾਂਤ ਸਾਡੇ ਤੇ ਕੀ ਹੈ। ਦੂਸਰੀ ਹੈਗੀ ਹੈ ਸੇਫਟੀ, ਸਿਕਿਉਰਿਟੀ ਐਂਡ ਜਸਟਿਸ, ਤੇ ਅਸੀਂ ਚਾਹੁੰਦੇ ਹਾਂ ਇਸ ਮੁਲਕ 'ਚ ਆਇਆ ਵੀ ਅਸੀਂ ਸੇਫਟੀ, ਸਿਕਿਉਰਿਟੀ ਤੇ ਜਸਟਿਸ ਵਾਸਤੇ, ਤੇ ਜੇ ਤੁਹਾਨੂੰ ਕਿਸੇ ਬੰਦੇ ਨਾਲ ਕੋਈ ਵੀ ਤੁਹਾਨੂੰ ਤੁਹਾਡੇ ਵਿਚਾਰ ਨਹੀਂ ਮਿਲਦੇ ਜਾਂ ਕਿਸੇ ਬੰਦੇ ਨਾਲ ਕੋਈ ਤੁਸੀਂ ਵੰਡਣਾ, ਤੁਸੀਂ ਆ ਕੇ ਟੇਬਲ ਤੇ ਗੱਲ ਕਰੋ ਜਾਂ ਤੁਸੀਂ ਕੋਰਟ ਦਾ ਦਰਵਾਜ਼ਾ ਖੜਕਾਓ, ਐਵੇਂ ਐਵੇਂ ਮਤਲਬ ਕਿ ਮਾੜਾ ਲੱਗਦਾ, ਕੁੱਤਿਆਂ ਆਂਗਰਾ ਵਧਾ ਹੀ ਜਾਂਦਾ ਤੇ ਕੁੱਤੇ ਉਹਨੂੰ ਭੌਂਕਦੇ ਨੇ, ਸੇਮ ਸਿਨੈਰੀਓ, ਇਟ ਡਜ਼ਨਟ ਲੁੱਕ ਨਾਈਸ। ਔਰ ਮੈਂ ਤਾਂ ਤੁਹਾਡੇ ਚੈਨਲ ਦੇ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਵਾਂ, ਦੇਖੋ ਅਸੀਂ ਜਿਹੜੇ ਬੰਦੇ ਕਹਿੰਦੇ ਨਾ ਵੀ ਖਾਲਸਾ ਇਦਾਂ ਤੇ ਉਦਾਂ, ਮੇਰੇ ਪਿਤਾ ਜੀ ਦੇ ਟਾੜਾ ਲੱਗਾ ਸੀਗਾ ਹਰਿਆਣੇ ਦਾ, ਮੈਂ ਰਹਿਣ ਵਾਲਾ ਧੋਈ ਪਿੰਡ ਦਾ, ਠੀਕ ਹੈ ਨਾ, ਤੇ ਸਾਡੇ 22 ਪਿੰਡ ਨੇ ਉਸਦੇ ਜੱਟਾਂ ਦੇ ਜਿਹੜੇ ਸਰਦਾਰਾਂ ਦੇ ਵੱਡੇ, ਪਾਕਿਸਤਾਨੋਂ ਅਸੀਂ ਉੱਥੋਂ ਆਏ ਹਾਂ, ਤੇ ਅਸੀਂ ਜਿੰਨਾ ਤਸ਼ੱਦਦ ਅਸੀਂ ਹਰਿਆਣੇ ਦੇ ਵਿੱਚ ਸਾਡੇ ਪਿਤਾ ਜੀ ਨੇ ਜਾਂ ਸਾਡੇ ਉੱਥੇ ਉਹਨਾਂ ਨੇ ਝੇਲਿਆ, ਇਹਨਾਂ ਦੇ ਕਿਸੇ ਵੀ ਨਹੀਂ ਪੰਜਾਬ 'ਚ ਹੋਇਆ ਜਿੰਨਾ ਹਰਿਆਣੇ ਦੇ ਇਸ ਅੰਬਾਲੇ ਕੁਰਕਸ਼ੇਤਰ ਦੇ ਵਿੱਚ, ਮਤਲਬ ਕਿ ਸਿੱਖਾਂ ਨੂੰ ਫੜ ਫੜ ਕੇ ਉਹਨਾਂ ਉੱਤੇ ਟਾੜਾ ਲਾਇਆ, ਕਿਉਂਕਿ ਉਸ ਟਾਈਮ ਇਹ ਖਾੜਕੂ ਸੀਗੇ ਛਤਰਾਣਾ, ਉਹਦੇ ਕਰਕੇ ਬਹੁਤ ਜ਼ਿਆਦਾ ਚੱਕਰ ਸੀ। ਦੂਸਰੀ ਗੱਲ, ਮੇਰੀ ਇਹ ਬੇਨਤੀ ਇਹ ਵੀ ਹੈਗੀ ਹੈ ਕਿ ਅਮਰੀਕਾ ਦੇ ਵਿੱਚ ਅਸੀਂ ਆਏ ਹਾਂ, ਹਰ ਇੱਕ ਬੰਦੇ ਨੂੰ ਹੱਕ ਹੈ, ਉਹ ਖਾਲਿਸਤਾਨ ਮੰਗੇ, ਕੋਈ ਹੋਰ ਜੋ ਮਰਜ਼ੀ ਕਰੇ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਮੰਨ ਲਓ ਇੱਕ ਬੰਦਾ ਖਾਲਿਸਤਾਨ ਮੰਗ ਰਿਹਾ, ਦੂਜਾ ਬੰਦਾ ਚਾਹ ਰਿਹਾ ਵੀ ਮੈਂ ਆਪਣਾ ਅਮਰੀਕਾ 'ਚ ਆਇਆ ਤੇ ਮੈਂ ਤੇ ਪੀਸਫੁਲ ਰਹਿਣਾ, ਤੇ ਜੇ ਦੂਜਾ ਬੰਦੇ ਨੂੰ ਤੁਸੀਂ ਫੋਰਸਫੁਲੀ ਨਹੀਂ ਕੁਛ ਵੀ ਕਿਸੇ ਨੂੰ, ਅਫਗਾਨਿਸਤਾਨ, ਪਾਕਿਸਤਾਨ, ਤੁਸੀਂ ਕਿਸੇ ਨੂੰ ਮੈਂ ਕਹਿੰਦਾ ਸਿਰ ਦੀ ਜੂਹ ਨਹੀਂ ਦੇ ਸਕਦੇ,
ਤੋ ਇਸ ਕਰਕੇ ਅਸੀਂ ਜੇ ਗੱਲ ਖਾਲਿਸਤਾਨ ਦੀ ਤੇ ਸਭ ਤੋਂ ਜ਼ਿਆਦਾ ਸਾਨੂੰ ਚਾਹੀਦਾ ਉਹਨਾਂ ਨੂੰ ਚਾਹੀਦਾ ਜਿਹੜੇ ਉਸ ਤਸ਼ੱਦਦ ਤੁਸੀਂ ਜਿਵੇਂ ਉਹਨਾਂ ਤੁਸੀਂ ਦੱਸਿਆ 50 ਸਾਲ ਦੇ ਤੁਸੀਂ ਹੋਏ ਹੋ ਤੇ ਜਿਹੜੇ ਆਪਾਂ ਤੇ ਦੇਖ ਲਓ ਉਹਨਾਂ ਟਾਈਮਾਂ ਦੇ ਵਿੱਚ ਸਾਰਾ ਆਪਣੇ ਅੱਖੀਂ ਵੇਖਿਆ ਤੇ ਹੱਡਾਂ ਦੇ ਉੱਤੇ ਹੰਡਾਇਆ। ਤੋ ਇਸ ਕਰਕੇ ਅੱਜ ਮੈਂ ਤਾਂ ਸਲਿਊਟ ਕਰਨਾ ਕਿ ਜਿਹੜੇ ਵੀ ਬੰਦੇ ਨੇ ਇੱਥੇ ਜਿਹੜੇ ਨੇ ਉਹ ਖਾਲਿਸਤਾਨ ਦੀ ਮੰਗ ਕਰਦੇ ਨੇ ਕਿਉਂਕਿ ਹਰ ਕੌਮ ਨੂੰ ਆਪਣਾ ਦੇਸ਼ ਚਾਹੀਦਾ ਹੈ। ਲੇਕਿਨ ਇਹਦਾ ਇਹ ਮਤਲਬ ਨਹੀਂ ਹੈਗਾ ਕਿ ਤੁਸੀਂ ਆਪਸ 'ਚ ਹੀ ਲੜੋ ਤੇ ਜੇ ਮੰਨ ਲਓ ਕੋਈ ਜੇ ਠੀਕ ਹੈ ਜੇ ਮੋਦੀ ਇੱਥੇ ਆਇਆ ਅਸੀਂ ਉਹਨਾਂ ਨੂੰ ਮਿਲੇ ਉਹਨਾਂ ਨਾਲ ਮੰਗ ਕੀਤੀ ਭਾਈ ਆਹ ਸਿੱਖਾਂ ਦੀਆਂ ਡਿਮਾਂਡਸ ਨੇ ਠੀਕ ਹੈ ਨਾ ਔਰ ਉਹਦੇ ਜਿਹੜੇ ਜੇ ਅੱਜ ਵੀ ਜਿਹੜੇ ਉੱਥੇ ਪ੍ਰੋਟੈਸਟ ਵੀ ਕਰ ਰਹੇ ਨੇ ਇੰਡੀਆ ਦੇ ਵਿੱਚ ਉਹ ਵੀ ਇਹੀ ਕਹਿ ਰਹੇ ਨੇ ਭਾਈ ਆਓ ਬੈਠੋ ਗੱਲਬਾਤ ਹਮੇਸ਼ਾ ਜਿਹੜੀ ਹੈ ਉਹ ਟੇਬਲ ਦੇ ਉੱਤੇ ਹੋਣੀ ਹੈ ਔਰ ਜਿੰਨਾ ਚਿਰ ਤੱਕ ਸਿੱਖ ਟੇਬਲ ਤੇ ਬਹਿ ਕੇ ਕਲਮ ਦੀ ਸ਼ਕਤੀ ਦੇ ਨਾਲ ਫੋਰਨ ਦੇ ਵਿੱਚ ਜਿਹੜੀਆਂ ਗੌਰਮੈਂਟਸ ਨੇ ਉਹਨਾਂ ਦੇ ਨਾਲ ਆਪਣੇ ਤਾਲਮੇਲ ਨਹੀਂ ਬਣਾਉਂਦਾ ਉਹਨਾਂ ਚਿਰ ਤੱਕ ਹਿੰਦੁਸਤਾਨ 'ਚ ਤੁਹਾਡੀ ਕੋਈ ਇੱਜ਼ਤ ਨਹੀਂ। ਹਿੰਦੁਸਤਾਨ ਦੇ ਵਿੱਚ ਭਾਵੇਂ ਖਾਲਿਸਤਾਨ ਬਣਾ ਲਿਓ ਅਫਗਾਨਿਸਤਾਨ ਬਣਾ ਲਿਓ ਭਾਵੇਂ ਜੋ ਮਰਜ਼ੀ ਬਣਾ ਲਿਓ ਪਰ ਸਿੱਖ ਨੂੰ ਉਦੋਂ ਹੀ ਹਿੰਦੁਸਤਾਨ 'ਚ ਖਾਲਿਸਤਾਨ ਮਿਲਣਾ ਜਿੱਦਣ ਅਮਰੀਕਾ ਦਾ ਪ੍ਰੈਜੀਡੈਂਟ ਜਿਹੜਾ ਉਹ ਸਿੱਖ ਦੀ ਗੱਲ ਮੰਨੇਗਾ ਔਰ ਉਹ ਗੱਲ ਤਾਂ ਮੰਨੇਗਾ ਜੇ ਅਸੀਂ ਉਹਦੇ ਭਾਈਵਾਲ ਬਣਾਂਗੇ ਔਰ ਤਾਂ ਬਣਾਂਗੇ ਜੇ ਫਾਈਨੈਂਸ਼ੀਅਲ ਤੇ ਫਿਜ਼ੀਕਲੀ ਇੱਥੋਂ ਦੇ ਇਲੈਕਸ਼ਨ ਦੇ ਵਿੱਚ ਅਸੀਂ ਇਨਵੋਲਵ ਹੋਵਾਂਗੇ ਨਾ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਾਂਗੇ ਤੇ ਥਾਂ ਥਾਂ ਦੇ ਉੱਤੇ ਕੋਈ ਕਿਸੇ ਨੂੰ ਮਾੜਾ ਕਹਾਂਗੇ ਜਾਂ ਚੰਗਾ ਕਹਾਂਗੇ। ਮੈਂ ਅੱਜ ਤੁਹਾਨੂੰ ਦੱਸਣਾ ਵਾ ਇਹ ਗੁਰੂ ਗੋਬਿੰਦ ਸਿੰਘ ਨੇ ਡਿਕਲੇਅਰ ਕੀਤਾ ਵੀ ਰਾਜ ਕਰੇਗਾ ਖਾਲਸਾ ਪੂਰੇ ਵਰਲਡ ਦੇ ਕਰੇਗਾ ਪਰ ਉਦਣ ਕਰੇਗਾ ਜਿੱਦਣ ਅਮਰੀਕਾ ਦਾ ਸਿੱਖ ਪੋਲੀਟੀਕਲੀ ਇੰਗੇਜ ਹੋਏਗਾ ਔਰ ਅਮਰੀਕਾ ਦਾ ਰਾਸ਼ਟਰਪਤੀ ਉਹਦੀ ਪੂਰੀ ਗੱਲ ਮੰਨੇਗਾ ਔਰ ਅਮਰੀਕਨ ਸਿੱਖ ਉਹਦੀ ਕੈਬਨਿਟ ਦੇ ਵਿੱਚ ਹੋਣਗੇ ਉਸ ਦਿਨ ਭਾਵੇਂ ਪੂਰੇ ਵਰਲਡ ਦੇ ਵਿੱਚ ਖਾਲਿਸਤਾਨ ਬਣਾ ਲਿਓ। ਹੁਣ ਜੇ ਅਸੀਂ ਇਹ ਗੱਲ ਕਰੀਏ ਕਿ ਅਮਰੀਕਾ ਦੇ ਵਿੱਚ ਕੋਈ ਸਿੱਖ ਗਵਰਨਰ ਬਣ ਜਾਂਦਾ ਹੈ ਇਹਦਾ ਮਤਲਬ ਕੀ ਹੋਇਆ ਉਹ ਖਾਲਿਸਤਾਨ ਹੀ ਬਣ ਗਿਆ ਹੋਰ ਕੀ ਬਣਿਆ। ਤੇ ਜੇ ਅਸੀਂ ਉਹਦੇ ਵਿੱਚ ਇਹ ਸਾਨੂੰ ਸੋਚਣਾ ਚਾਹੀਦਾ ਕਿ ਜਿੰਨਾ ਹੁਣ ਦੇਖੋ ਜਿੰਨਾ ਪੋਲੀਟੀਕਲੀ ਸਾਡਾ ਸਿੱਖ ਕੈਨੇਡਾ ਦੇ ਵਿੱਚ ਸਟਰੋਂਗ ਹੋਇਆ ਉਹਦੀਆਂ ਉਹਨੀਆਂ ਹੀ ਅਸੀਂ ਹਿੰਦੁਸਤਾਨ ਗੌਰਮੈਂਟ ਦੀਆਂ ਗੋਡੀਆਂ ਲਵਾਈਆਂ ਨੇ ਔਰ ਇਹ ਇੱਕ ਇਗਜ਼ੈਂਪਲ ਹੈ ਸਾਡੇ ਅੱਗੇ। ਤੇ ਜੇ ਅਮਰੀਕਾ ਵਰਗੇ ਮੁਲਕ ਦੇ ਵਿੱਚ ਅਸੀਂ ਇਹ ਕਰਾਂਗੇ ਅੱਜ ਇਹ ਦੇਖ ਲਓ ਕਿ ਅਮਰੀਕਾ ਦੇ ਵਿੱਚ RSS ਦਾ ਇੰਨਾ ਫਲਾਅ ਹੈ ਜਿਹਦੀ ਕੋਈ ਹੱਦ ਨਹੀਂ ਉਹਨਾਂ ਨੇ ਸਾਰੀ ਜਗ੍ਹਾ ਆਪਣਾ ਫਾਈਨੈਂਸ ਲਾਇਆ ਹੋਇਆ ਔਰ ਅਮਰੀਕਾ ਦੇ ਵਿੱਚ ਸਿੱਖਾਂ ਦਾ ਤਾਂ ਕੋਈ ਸਾਨੀ ਨਹੀਂ ਹੈਗਾ ਸਿੱਖ ਜੋ ਸਿੱਖਾਂ ਕੋਲ ਜਜ਼ਬਾ ਔਰ ਕਿਸੇ ਕੋਲ ਨਹੀਂ ਹੈਗਾ ਜੋ ਸਿੱਖਾਂ ਕੋਲ ਸਰਮਾਇਆ ਉਹ ਕਿਸੇ ਕੋਲ ਨਹੀਂ ਹੈਗਾ। ਜੇ ਤੁਹਾਡੇ ਕੋਲ ਜਜ਼ਬਾ ਹੈ ਤੁਹਾਡੇ ਕੋਲ ਸਰਮਾਇਆ ਉਹਦਾ ਸਹੀ ਇਸਤੇਮਾਲ ਕਰੋ ਸਮਝਦਾਰੀ ਨਾ ਕਰੋ ਸਿੱਖ ਸਿੱਖ ਦੇ ਨਾਲ ਨਾ ਲੜੇ ਜੇ ਕੋਈ ਮਾੜਾ ਮੋਟਾ ਕਿਸੇ ਸਿੱਖ ਨੇ ਗਲਤੀ ਕੀਤੀ ਹੈ ਉਹਨੂੰ ਪੁੱਛੋ ਉਹਨੂੰ ਪਿਆਰ ਨਾਲ ਗੱਲ ਲਾਓ ਉਹਨੂੰ ਦੂਰ ਨਾ ਹਟਾਓ ਸਮਝਦਾਰੀ ਕਰੋ। ਮੇਰੇ ਹਿਸਾਬ ਨਾਲ ਜਿਹੜੇ ਬੰਦੇ ਇਸ ਟਾਈਮ ਸਿੱਖ ਹੋ ਕੇ ਸਿੱਖਾਂ ਨਾਲ ਲੜ ਰਹੇ ਅਮਰੀਕਾ ਦੇ ਵਿੱਚ ਉਹ ਸਿਰਫ RSS ਵਾਸਤੇ ਕੰਮ ਕਰ ਰਹੇ ਨੇ ਜਾਂ ਜਿਹੜੀਆਂ ਬਾਕੀ ਏਜੰਸੀਆਂ ਉਹਨਾਂ ਵਾਸਤੇ ਕੰਮ ਕਰ ਰਹੇ ਕਿਉਂਕਿ ਸਿੱਖ ਹੋ ਕੇ ਬੰਦਾ ਸਿੱਖ ਨਾਲ ਲੜੇ ਇਹਨੂੰ ਵੱਡੀ ਲਾਂਤ ਕੀ ਹੋ ਸਕਦੀ। ਬਾਕੀ ਦੇਖੋ ਜੀ ਜਿਹੜੇ ਤੁਸੀਂ ਪੁਆਇੰਟ ਰੱਖੇ ਨੇ ਕਿ ਸਿੱਖ ਹੋ ਕੇ ਸਿੱਖ ਨਾਲ ਲੜਨਾ ਗੱਲ ਤੁਹਾਡੀ ਗੱਲ 'ਚ ਬਿਲਕੁਲ ਸਹੀ ਆ ਉਹਦੇ ਵਿੱਚੋਂ ਉਹ ਤੋਂ ਜ਼ਿਆਦਾ ਮੰਦਭਾਗੀ ਕੌਮ ਲਈ ਕੀ ਹੋ ਸਕਦੀ ਆ। ਲੇਕਿਨ ਫਿਰ ਵੀ ਇਹ ਗੱਲਾਂ 'ਚੋਂ ਮੈਂ ਤਾਂ ਇੱਕ ਇਹ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਅਮੈਰੀਕਾ ਬੈਠੇ ਹਾਂ ਜਾਂ ਕੈਨੇਡਾ ਬੈਠੇ ਹਾਂ ਜਾਂ ਤੁਸੀਂ ਜਰਮਨ ਜਾਂ ਇੰਗਲੈਂਡ ਬੈਠੇ ਹੋ ਤੁਹਾਡੀ ਸਰੀਰ ਦੀ ਵੈਲਿਊ ਹੈ ਕਿ ਤੁਸੀਂ ਸਿੱਖ ਹੋ ਜਾਂ ਹਿੰਦੂ ਹੋ ਜਾਂ ਮੁਸਲਮਾਨ ਹੋ ਕੋਈ ਨਹੀਂ ਕਹਿੰਦਾ। ਪਰ ਤੁਸੀਂ ਫਿਰ ਵੀ ਜੇ ਬਾਕੀ ਦੀਆਂ ਜਿਹੜੀਆਂ ਕੌਮਾਂ ਉਹ ਮੰਦਰਾਂ 'ਚ ਨਹੀਂ ਲੜਦੀਆਂ ਮਸਜਿਦਾਂ 'ਚ ਨਹੀਂ ਲੜਦੀਆਂ ਤੇ ਸਾਡੇ ਸਿੱਖਾਂ ਦੇ ਵਿੱਚ ਇਹ ਕਿਹੜੇ ਗੱਲ ਦੀ ਲੜਾਈ ਹੈ ਕਿ ਅਸੀਂ ਗੁਰਦੁਆਰੇ ਲੜਨਾ ਜਾਂ ਪਾਰਕਾਂ ਜਾ ਕੇ ਲੜਨਾ। ਸਿੱਖ ਕੌਮ ਤਾਂ ਮੇਰੇ ਹਿਸਾਬ ਨਾਲ ਇੱਕ ਉਹ ਕੌਮ ਹੈ ਵੀ ਜਿਹੜੀ ਅਮਰੀਕਾ 'ਚ ਆ ਕੇ ਵੀ ਮਿਹਨਤ ਕਰਦੀ ਪਈ ਆ ਔਰ ਕੈਨੇਡਾ ਦੇ ਵਿੱਚ ਤੁਸੀਂ ਦੱਸਿਆ ਕਿ ਕਿੰਨੇ ਮੰਤਰੀ ਬਣ ਗਏ ਉੱਥੇ ਜਾਂ ਅਸੀਂ ਕਿੱਡਾ ਵੱਡੇ ਮੋਰਚੇ ਤੇ ਪਹੁੰਚ ਚੁੱਕੇ ਹਾਂ। ਮੈਨੂੰ ਇਹ ਲੱਗਦਾ ਕਿ ਆਪਾਂ ਜਿਹੜੇ ਵੀ ਮੀਡੀਆ ਰਾਹੀਂ ਜਾਂ ਟੀਵੀ ਦੇ ਰਾਹੀਂ ਇਹ ਮੈਂ ਚਾਹੁੰਦਾ ਕਿ ਸਾਡੇ ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਲੜਨ ਦੀ ਬਜਾਏ ਇਕੱਠੇ ਹੋ ਕੇ ਵਾਈਟ ਹਾਊਸ ਵੱਲ ਨੂੰ ਚੱਲੀਏ ਤਾਂ ਕਿ ਸਾਡੀ ਉੱਥੇ ਪਹੁੰਚ ਬਣੇ ਤਾਂ ਕਿ ਸਾਡਾ ਵੀ ਕੋਈ ਉੱਚੇ ਲੈਵਲ ਦਾ ਚਲੋ ਪ੍ਰਧਾਨ ਮੰਤਰੀ ਹੋਵੇ ਜਾਂ ਵਾਈਸ ਪ੍ਰੈਜ਼ੀਡੈਂਟ ਹੋਵੇ ਜਾਂ ਕਿਤੇ ਵੀ ਗਵਰਨਰ ਜਾਂ ਅਸੀਂ ਇਸ ਚੀਜ਼ ਨੂੰ ਜਾਈਏ ਕਿ ਸਾਡੇ ਸਾਡੀ ਸਿੱਖ ਕੌਮ ਦੇ ਬੰਦੇ ਵੀ ਹੁਣ ਸਾਡੀ ਆਵਾਜ਼ ਸੁਣੀ ਜਾਵੇ ਤਾਂ ਕਿ ਜਿੱਦਾਂ ਤੁਸੀਂ ਕਿਹਾ ਕਿ ਜੇ ਅਗਰ ਖਾਲਿਸਤਾਨ ਬਣਾਉਣਾ ਆ ਤੇ ਆਪਾਂ ਨੂੰ ਕੈਨੇਡਾ ਤੋਂ ਇੰਗਲੈਂਡ ਤੋਂ ਹਰ ਜਗ੍ਹਾ ਜਿੱਦਾਂ ਕੈਨੇਡਾ ਦੇ ਵਿੱਚ ਪੋਲੀਟੀਕਲੀ ਇਨਵੋਲਵ ਹੋਏ ਆਪਾਂ ਨੂੰ ਇਨਵੋਲਵ ਹੋਣਾ ਪਊਗਾ। ਮੈਂ ਤਾਂ ਹਰ ਇੱਕ ਨੂੰ ਇਹ ਕਹਿੰਦਾ ਵੀ ਜਿਹੜੀ ਯੰਗ ਜਨਰੇਸ਼ਨ ਹੈ ਉਹ ਮੂਹਰੇ ਆਓ
ਤੇ ਆ ਕੇ ਜ਼ਰੂਰ ਪੋਲੀਟੀਕਲੀ ਜੁੜੋ। ਬਾਕੀ ਤੁਸੀਂ ਤਾਂ ਵਾਈਟ ਹਾਊਸ ਬਹੁਤ ਵਾਰੀ ਗਏ ਆ, ਤੁਹਾਡਾ ਕੀ ਵਿਚਾਰ ਆ ਕਿ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਜਿੱਦਾਂ ਤੁਹਾਡਾ ਬੇਟਾ ਜਾਂ ਮੇਰਾ ਬੇਟਾ, ਉਹਨਾਂ ਨੂੰ ਜਾਂ ਹੋਰ ਵੀ ਯੰਗ ਜਨਰੇਸ਼ਨ ਜਿਹੜੀ ਪੜ੍ਹਦੇ ਗਈ ਇੱਥੇ, ਉਹਨਾਂ ਨੂੰ ਵਾਈਟ ਹਾਊਸ ਵੱਲ ਨੂੰ ਜਾਣਾ ਚਾਹੀਦਾ ਜਾਂ ਇੱਥੇ ਮਿਲ ਕੇ ਉਹਨਾਂ ਨੂੰ ਗੁਰੂ ਘਰਾਂ 'ਚ ਫਸੇ ਰਹਿਣਾ ਚਾਹੀਦਾ ਜਾਂ ਉਹ ਵਾਈਟ ਹਾਊਸ ਨੂੰ ਵੀ ਉੱਧਰ ਨੂੰ ਤਿਆਰੀ ਕਰਨ ਤਾਂ ਕਿ ਅਸੀਂ ਵਾਈਟ ਹਾਊਸ ਵੱਲ ਨੂੰ ਚੱਲੀਏ, ਕੀ ਕਹੋਗੇ ਇੱਥੇ? ਦੇਖੋ ਮੈਂ ਤਾਂ ਹਮੇਸ਼ਾ ਹੀ ਪਿਛਲੇ 5-6 ਸਾਲਾਂ ਤੋਂ ਜਦੋਂ ਦਾ ਅਸੀਂ ਪੂਰੀ ਸਿਕਸ ਪੈਕ ਬਣਾ ਕੇ ਥਾਂ ਥਾਂ 'ਤੇ ਕਮ ਸੇ ਕਮ 7-8 ਸਟੇਟਾਂ ਦੇ ਵਿੱਚ ਸਿੱਖ ਹਿਸਟਰੀ ਲਾਗੂ ਕਰਵਾਈਏ, ਕਿਉਂਕਿ ਸਾਡੀ ਜਿਹੜੀ ਅਵੇਅਰਨੈਸ ਬਹੁਤ ਜ਼ਰੂਰੀ ਹੈ, ਔਰ ਉਹਦੇ ਨਾਲ ਨਾਲ ਸਾਡੇ ਜਿਹੜੇ ਸਿੱਖ ਨੇ, ਖਾਸ ਕਰਕੇ ਯੂਥ ਹੈ ਜਿਸ ਤਰ੍ਹਾਂ ਤੁਸੀਂ ਕਿਹਾ ਬੱਚੇ ਨੇ, ਉਹ ਇਨਵੋਲਵ ਹੋਣ, ਉਹ ਲਾਅ ਕਰਨ, ਔਰ ਇੱਥੋਂ ਦੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਨਵੋਲਵ ਹੋਣ। ਉਹ ਆਪਣਾ ਮੁੰਡਾ ਇੱਥੇ ਸੰਦੀਪ, ਸਾਡੇ ਮੁੰਡਾ ਫਿਸ਼ਰ ਦਾ ਸੰਦੀਪ ਮੁੰਡਾ, ਔਰ ਉਹ ਮੁੰਡੇ ਨੇ ਆਪਣਾ ਇਹ ਕੀਤਾ ਕਿ ਲਾਅ ਕਰਕੇ ਹੁਣ ਇਸ ਟਾਈਮ ਉਹ ਅਸਿਸਟੈਂਟ ਪ੍ਰੋਸੀਕਿਊਟਰ ਲੱਗਾ ਹੋਇਆ। ਅਸੀਂ ਚਾਹੁੰਦੇ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਅੱਗੇ ਆਉਣ, ਇਲੈਕਸ਼ਨ ਲੜਨ, ਅਟਰਨੀ ਜਨਰਲ ਬਣਨ, ਗਵਰਨਰ ਬਣਨ, ਸੈਕਟਰੀ ਆਫ ਸਟੇਟ ਬਣਨ। ਜਦੋਂ ਜਿੰਨਾ ਚਿਰ ਤੱਕ ਅਸੀਂ, ਦੇਖੋ ਗੁਰੂ ਸਾਹਿਬ ਨੇ ਇਹੀ ਗੱਲ ਕਹੀ ਸੀ, ਰਾਜ ਬਿਨਾਂ ਨਹੀਂ ਧਰਮ ਚੱਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਜਿੰਨਾ ਚਿਰ ਤੱਕ ਅਸੀਂ ਪੋਲੀਟੀਕਲ ਸਟਰੋਂਗ ਨਹੀਂ ਹੈਗੇ, ਉਹਨਾਂ ਚਿਰ ਤੱਕ ਸਾਡੀ ਕਿਤੇ ਵੀ ਪੁੱਛ ਨਹੀਂ ਹੈਗੀ, ਨਾ ਇਸ ਕੰਟਰੀ 'ਚ ਨਾ ਬੈਕ ਉਸ ਕੰਟਰੀ ਦੇ ਵਿੱਚ। ਔਰ ਜਿਸ ਤਰ੍ਹਾਂ ਕਿ ਤੁਸੀਂ ਕਿਹਾ, ਕੈਨੇਡਾ ਨੇ ਅੱਜ ਸਿੱਖਾਂ ਦੀ ਜਿਹੜੀ ਸ਼ਾਨ ਹੈ ਉਹਨੂੰ ਇੱਕ ਐਡੇ ਵੱਡੇ ਤਾਜ, ਐਡੇ ਵੱਡੇ ਲੈਵਲ ਤੇ ਲੈ ਗਏ ਨੇ ਕਿ ਸਾਡੇ ਵਾਸਤੇ, ਸਾਰਿਆਂ ਵਾਸਤੇ ਇੱਕ ਚਾਨਣ ਮਿਨਾਰਾ ਨੇ ਕਿ ਅਸੀਂ ਅਮਰੀਕਾ ਵਰਗੇ ਸੂਬਿਆਂ ਦੇ ਵਿੱਚ ਅਸੀਂ ਵੀ ਇੱਥੇ ਪੋਲਿਟਿਕਸ ਦੇ ਅੱਗੇ ਆਈਏ। ਇੱਥੇ ਤੱਕ ਹੋਰ ਬੜੀ ਖੂਬਸੂਰਤ ਗੱਲ ਹੈ, ਖਾਸ ਕਰਕੇ ਅਮਰੀਕਾ ਦੇ ਵਿੱਚ ਇੱਥੇ ਡੈਮੋਕ੍ਰੇਸੀ ਜਿਹੜੀ ਉਹ ਪਾਰਲੀਮੈਂਟਰੀ ਨਹੀਂ ਹੈਗੀ, ਕਿ ਮਤਲਬ ਕਿ ਤੁਹਾਨੂੰ ਇਲੈਕਸ਼ਨ ਲੜ ਕੇ ਹੀ ਤੁਸੀਂ ਕੈਬਨਿਟ 'ਚ ਨਹੀਂ ਆ ਸਕਦੇ। ਜੇ ਤੁਸੀਂ ਕਿਸੇ ਗਵਰਨਰ ਦੀ ਸਪੋਰਟ ਕਰਦੇ ਹੋ, ਤਨ ਮਨ ਤੇ ਧਨ ਦੇ ਨਾਲ ਉਹਨਾਂ ਵਾਸਤੇ ਵੈਲਿਊ ਕ੍ਰੀਏਟ ਕਰਦੇ ਹੋ, ਔਰ ਉਹ ਤੁਹਾਨੂੰ ਦੇ ਕੈਨ ਗੈਟ ਯੂ ਸੀਟ ਔਨ ਦਾ ਟੇਬਲ ਇਨ ਦੀ ਕੈਬਨਿਟ, ਉਹ ਤਾਂ ਹੀ ਹੋਏਗਾ ਕਿ ਜੇ ਅਸੀਂ ਉਹਨਾਂ ਦੇ ਨਾਲ ਭਜਨਸ ਕਰਾਂਗੇ। ਸਾਨੂੰ ਇਲੈਕਸ਼ਨ ਲੜਨ ਦੀ ਵੀ ਲੋੜ ਨਹੀਂ ਹੈਗੀ, ਤਾਂ ਵੀ ਅਸੀਂ ਪੋਲੀਟੀਕਲੀ ਇੰਗੇਜ ਹੋ ਸਕਦੇ ਹਾਂ, ਔਰ ਇਹਦੇ ਵਾਸਤੇ ਇੱਕ ਬਹੁਤ ਵੱਡਾ ਮੈਸੇਜ ਆਏਗਾ। ਕਿਉਂਕਿ ਸਿੱਖ ਕੌਮ ਇਹ ਤਾਂ ਉਦੋਂ ਨਹੀਂ ਮਰੀ ਜਦੋਂ ਉਹਨਾਂ ਨੇ ਸਿਰਾਂ ਦੇ ਮੁੱਲ ਪਾਏ ਤੇ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਟੈਕਸ ਲਾਏ। ਅੱਜ ਤਾਂ ਦੇਖੋ ਸਿੱਖਾਂ ਦੇ ਕੋਲ ਇੰਨੀ ਵੱਡੀ ਸਟਰੈਂਥ ਹੈ ਪੂਰੇ ਵਰਲਡ ਦੇ ਵਿੱਚ, ਸਿਰਫ ਇੱਕੋ ਹੀ ਗੱਲ ਹੈ ਕਿ ਅਸੀਂ ਨਿਰੇ ਇੰਜੀਨੀਅਰ ਡਾਕਟਰ ਤੇ ਪੈਸੇ ਪਿੱਛੇ ਨਾ ਭੱਜ ਕੇ ਜਿਹੜਾ ਪੈਸਾ ਸਰਮਾਇਆ ਕਮਾਇਆ ਉਹਨੂੰ ਅਸੀਂ ਪੋਲੀਟੀਕਲੀ ਲਾਈਏ, ਔਰ ਇੱਕਜੁੱਟ ਹੋ ਕੇ ਲਾਈਏ। ਇਹ ਨਾ ਸੋਚੋ ਵੀ ਕ੍ਰੈਡਿਟ ਕਿਹਨੂੰ ਮਿਲੇਗਾ, ਸਾਰੇ ਲੀਡਰ ਅਮਰੀਕਾ ਦੇ ਸਾਰੇ ਲੀਡਰ ਇਕੱਠੇ ਹੋਣ। ਫਿਰ ਮੈਂ ਤੁਹਾਨੂੰ ਕਹਿੰਦਾ, ਮੋਦੀ ਕੀ, ਟੋਚੀ ਕੀ, ਬੋਦੀ ਕੀ, ਇਹ ਜਿੰਨੇ ਨੇ ਨਾ, ਇਹ ਸਭ ਦੁਨੀਆ ਨੇ ਸਿੱਖ ਦਾ ਲੋਹਾ ਮੰਨਣਾ। ਜੇਕਰ ਸਿੱਖ ਇਕੱਠਾ ਹੋ ਗਿਆ, ਔਰ ਜੇਕਰ ਸਿੱਖ ਅਮਰੀਕਾ ਦੇ ਵਿੱਚ ਪੋਲੀਟੀਕਲੀ ਸਟਰੋਂਗ ਹੋ ਗਿਆ, ਔਰ ਇਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ RSS ਦਾ ਜਾਂ ਏਜੰਸੀਆਂ ਦਾ, ਵੀ ਸਿੱਖ ਜਿਹੜੇ ਨੇ ਇਹਨਾਂ ਨੂੰ ਕਿਤੇ ਵੀ ਸਰਕਾਰੇ ਦਰਬਾਰੇ ਇਹਨਾਂ ਦੀ ਸੁਣਵਾਈ ਨਾ ਹੋਏ। ਪਰ ਵਾਹਿਗੁਰੂ ਜਿਹੜਾ ਉਹ ਬਹੁਤ ਬਲਵਾਨ ਹੈ, ਗੁਰੂ ਸਾਹਿਬ ਦਾ ਫਰਮਾਨ ਹੈ ਵੀ ਰਾਜ ਕਰੇਗਾ ਖਾਲਸਾ, ਔਰ ਅਮਰੀਕਾ ਦੀ ਧਰਤੀ ਤੋਂ ਹੀ ਸਿੱਖ ਰਾਜ ਜਿਹੜਾ ਪੂਰੇ ਵਰਲਡ ਦੇ ਵਿੱਚ ਸਥਾਪਿਤ ਹੋਣਾ। ਜੀ ਜੀ ਖਾਲਸਾ ਜੀ, ਇਸੇ ਤਰ੍ਹਾਂ ਜੁੜੇ ਰਹੋ। ਬ੍ਰੇਕ ਬਿਆਹ ਹੋ ਗਿਆ, ਇੱਕ ਛੋਟੀ ਜਿਹੀ ਬ੍ਰੇਕ ਦਾ, ਤੇ ਆਪਾਂ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਧੰਨਵਾਦ। ਆਪਾਂ ਫਿਰ ਆਪਣੇ ਲਾਸਟ ਸੈਗਮੈਂਟ ਲੈ ਕੇ ਕਿ ਇਹ ਸਿਲਸਿਲਾ ਜਿਹੜਾ ਸਾਡੇ ਨਾਲ ਕੋਰਨਰ, ਸਾਡੇ ਜਿਹੜੇ ਖਾਲਸਾ ਜੀ ਸਾਡੇ ਜਿਹੜੇ ਸਪਾਈਕ ਥਰੂ ਜੁੜੇ ਹੋਏ ਨੇ, ਤੇ ਆਪਾਂ ਉਹਨਾਂ ਨੂੰ ਫਿਰ ਕਾਲ ਦੇ ਵਿੱਚ ਲਵਾਂਗੇ ਤੇ ਗੱਲ ਕਰਾਂਗੇ ਉਸੇ ਦੀ ਕਿ ਆਪਣਾ ਜੋ ਸਿਲਸਿਲਾ ਹੈ ਇਹ ਪੋਲੀਟੀਕਲ ਇੰਡੀਆ ਦੀ ਹੋਈ ਜਾਂ ਇੱਥੇ ਦੀ ਹੋਈ। ਇਸੇ ਨਾਲ ਲੈ ਕੇ ਸਾਡੇ ਨਾਲ ਕੈਲੀਫੋਰਨੀਆ ਤੋਂ ਸਰਦਾਰ ਪਾਲ ਸਿੰਘ ਜੁੜੇ ਨੇ, ਜਿਹੜੇ ਸਾਡੇ ਨਾਲ ਗੱਲਬਾਤ ਕਰਨਗੇ। ਜੀ ਪਾਲ ਸਿੰਘ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜਸ ਟੀਵੀ ਤੇ, ਤੁਸੀਂ ਆਨਲਾਈਨ ਔਨ ਏਅਰ ਹੋ ਤੇ ਖਾਲਸਾ ਜੀ ਸਾਡੇ ਨਾਲ ਜੁੜੇ ਹੋਏ ਨੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਤੇ ਮੈਂ ਦੋਨੋਂ ਮਹਾਨ ਹਸਤੀਆਂ ਨੂੰ ਦੁਬਾਰਾ ਫਿਰ ਵਾਹਿਗੁਰੂ ਜੀ ਕਾ ਖਾਲਸਾ ਤੇ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ। ਮੈਂ ਜੀ ਇਹ ਖਾਲਸਾ ਜੀ ਦਾ ਧੰਨਵਾਦ ਕਰਨਾ ਕਿ ਇਹਨਾਂ ਨੇ ਬੜੀ ਹੀ ਸੁਲਝੇ ਲਫਜ਼ਾਂ ਦੇ ਵਿੱਚ ਜਿਹੜੀ ਆਪਣੀ ਇਹ ਨੌਲੇਜ ਕਰ ਰਹੇ ਨੇ, ਸਾਡੇ ਨਾਲ ਸ਼ੇਅਰ ਕਰ ਰਹੇ ਆ। ਦੇਖੋ ਜੀ, ਗੱਲ ਇਹ ਹੈ ਕਿ ਜਦੋਂ ਸੱਜਣ ਸਿੰਘ ਜੀ ਇੰਡੀਆ ਗਏ ਸਨ ਜੀ, ਉਦੋਂ ਮੈਂ ਮੈਂ ਅਮੈਰੀਕਾ ਤੋਂ ਬੋਲ ਰਿਹਾ, ਕੈਲੀਫੋਰਨੀਆ ਤੋਂ, ਕਿਸ ਤਰੀਕੇ ਨਾਲ ਉੱਥੇ ਦੀ ਜਿਹੜੀ ਸਰਕਾਰ ਹੈਗੀ ਸੀਗੀ ਉਹ ਸਾਰੀ ਕਿਸ ਤਰੀਕੇ ਨਾਲ ਉਹਨਾਂ ਦਾ ਉਹਨਾਂ ਨੇ ਟ੍ਰੀਟਮੈਂਟ ਕੀਤਾ ਸੀ, ਕਿਉਂ
ਕਿਉਂਕਿ ਉਹ ਪਗੜੀ ਧਾਰੀ ਸੀ, ਕੈਨੇਡਾ ਦਾ ਗੋਰਾ ਨਹੀਂ ਸੀ ਆਇਆ, ਤੇ ਇਸ ਕਰਕੇ। ਤੇ ਦੂਜੀ ਗੱਲ ਇਹ ਕਿ ਸਾਡੀ ਚ ਆਪਸ ਚ ਇਹ ਕਮੀਆਂ ਇਹ ਨੇ, ਜੇ ਉਹ ਕਹਿੰਦੇ ਰਹਿੰਦੇ ਕਿ ਜੇ ਸਿੱਖ ਸਿੱਖ ਨੂੰ ਨਾ ਮਾਰੇ ਤੇ ਕੌਮ ਕਦੀ ਨਾ ਹਾਰੇ। ਇਸ ਵਕਤ ਜਿਹੜੀ ਹਾਂ ਇਸ ਵਕਤ ਲੜਾਈ ਜਿਹੜੀ ਹੈ ਮੇਰੇ ਚ ਹੋ ਰਹੀ, ਜਿਹੜੀ ਦਿੱਲੀ ਦੀ ਲੜਾਈ ਹੈ ਨਾ, ਉਹ ਮਨੂ ਦੀ ਫਿਲਾਸਫੀ ਹੋਣੀ ਹੈ ਜਾਂ ਬਾਬੇ ਨਾਨਕ ਦੀ ਫਿਲਾਸਫੀ ਹੋਣੀ ਹੈ। ਬਾਬੇ ਨਾਨਕ ਦੀ ਸਾਂਝੀ ਵਾਲਤਾ ਸੀ, ਸਾਡੇ ਜਿਹੜੇ ਸਿੱਖ ਕੌਮ ਤੇ ਜਿਹੜੀ ਕੁਰੀਤੀਆਂ ਵੜ ਚੁੱਕੀਆਂ ਨੇ, ਇਹਦੇ ਵਿੱਚ ਜਾਤ ਪਾਤ ਤੇ ਅਸੀਂ ਡੁੱਬ ਚੁੱਕੇ ਹਾਂ, ਕੁਰਸੀ ਦੀ ਲੜਾਈ ਚ ਅਸੀਂ ਡੁੱਬ ਚੁੱਕੇ ਹਾਂ, ਜਿਹੜੇ ਧਾਰਮਿਕ ਸਾਡੇ ਸਥਾਨ ਨੇ ਉਹ ਜਿਹੜੇ ਉਹਦੇ ਚ ਉਹਦੇ ਵਿੱਚ ਕੁਰਸੀ ਦੀ ਲੜਾਈ ਹੈ, ਜੇ ਜੱਟ ਹੈਗਾ ਕੋਈ ਉਹ ਕਹਿੰਦੇ ਤੇ ਰਾਮਗੜੀ ਹੈ, ਤੇ ਇਸ ਤਰੀਕੇ ਨਾਲ ਅਸੀਂ ਲੜ ਰਹੇ ਹਾਂ। ਦਿੱਲੀ ਦੀ ਜੋ ਪ੍ਰਬੰਧਕ ਕਮੇਟੀ ਹੈ ਉਹ ਸਰਕਾਰ, ਜੇ ਪ੍ਰੋ ਕਾਂਗਰਸ ਹੈ ਜੀ, ਪ੍ਰੋ ਬੀਜੇਪੀ ਹੈ, ਪ੍ਰੋ ਆਰ ਐਸ ਐਸ ਹੈ, ਉਹਦੇ ਵਿੱਚ ਉਹ ਹੈਗੀ, ਉਹ ਖਾਲਸਾ ਦਾ ਉਹ ਤਾਂ ਧਰਮ ਦਾ ਪ੍ਰਚਾਰ ਤੇ ਹੈ ਹੀ ਨੀ। ਕਿੰਨੀ ਹਰ ਪਾਸੇ ਕਰਪਸ਼ਨ ਆ ਚੁੱਕੀ ਹੈ। ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਕਿ ਇਸ ਵਕਤ ਜਿਹੜੀ ਸਾਡੇ, ਜਦ ਤੱਕ ਅਸੀਂ ਆਪਣਾ ਘਰ ਨਹੀਂ ਸੰਭਾਲਾਂਗੇ ਤੇ ਅਸੀਂ ਬਾਹਰ ਕਿਵੇਂ ਸੰਭਾਲਾਂਗੇ। ਇਸ ਬਾਰੇ ਵੀ ਤੁਸੀਂ ਕੁਛ ਤੁਹਾਡੇ ਮੈਂ ਵਿਚਾਰ ਸੁਣਨਾ ਚਾਹਾਂਗਾ। ਵਾਂਸ ਅਗੇਨ ਤੁਹਾਡਾ ਦੋਨਾਂ ਦਾ ਧੰਨਵਾਦ ਕਿ ਬਹੁਤ ਸੋਹਣਾ ਤੁਸੀਂ ਕਰ ਰਹੇ ਹੋ ਤੇ ਮੈਨੂੰ ਇਹ ਆਪਣੇ ਵਿਚਾਰ ਸ਼ੇਅਰ ਕਰਨ ਦਾ ਮੌਕਾ ਦਿੱਤਾ। ਜੀ ਜੀ ਧੰਨਵਾਦ, ਧੰਨਵਾਦ ਤੁਹਾਡਾ ਜੀ ਸਾਡੇ ਨਾਲ ਜੁੜਨ ਦਾ, ਧੰਨਵਾਦ ਗੱਲ ਕਰਨ ਤੁਹਾਡਾ, ਧੰਨਵਾਦ ਤੁਹਾਡਾ ਗੱਲਬਾਤ ਕਰਨ ਦਾ ਜੀ। ਥੈਂਕ ਯੂ। ਨਹੀਂ ਪਾਲ ਸਾਹਿਬ ਜੀ ਨੇ ਪਾਲ ਸਾਹਿਬ ਜੀ ਨੇ ਬਰਾੜ ਜੀ ਪਰਾਲ ਸਾਹਿਬ ਨੇ ਬੜਾ ਅੱਛਾ ਇਹਨਾਂ ਨੇ ਕਿਹਾ ਕਿ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਵੀ ਵਰਲਡ ਦੇ ਵਿੱਚ ਲੋਕ ਸਮਝਦਾਰ ਹੋ ਜਾਣਗੇ ਔਰ ਲੋਕੀ ਹੈਲਪਫੁਲ ਹੋਣਗੇ ਔਰ ਗੁਰੂ ਨਾਨਕ ਦੀ ਫਿਲੋਸਫੀ ਜਿਹੜੀ ਹੈ, ਜਿਹੜਾ ਜਦੋਂ ਵੀ ਵਰਲਡ ਲੈਵਲ ਦੇ ਉੱਤੇ ਦੁਨੀਆ ਜਿਹੜੀ ਹੈ ਸਮਝਦਾਰ ਸਿਆਣੀ ਰਹੇਗੀ ਔਰ ਗਰੀਡੀ ਨਹੀਂ ਹੋਏਗੀ, ਜਿਉਂ ਜਿਉਂ ਇੱਦਾਂ ਹੋਏਗੀ ਤਿਉਂ ਤਿਉਂ ਗੁਰੂ ਨਾਨਕ ਦੀ ਜਿਹੜਾ ਫਲਸਫਾ ਹੈ, ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਰਹਿਨਬਾਈ ਹੋਏਗੀ, ਉਸ ਟਾਈਮ ਆਪਣੇ ਹਾਡੇ ਵਰਗੇ ਸਿੱਖ ਐਵੇਂ ਦੇ ਨਕਲੀ ਸਿੱਖ ਹੋਣਗੇ ਕਿ ਨਹੀਂ ਹੋਣਗੇ, ਜਿਹੜੇ ਖਾਸ ਕਰਕੇ ਆਪਾਂ ਲੋਕ ਜਿਹੜੇ ਆ ਕਿ ਸਿੱਖੀ ਦੀ ਜਿਹੜੀ ਸਿੱਖੀ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਨਹੀਂ ਮੰਨਦੇ ਅਸੀਂ, ਜੇ ਅਸੀਂ ਜਿੱਦਣ ਪੂਰੀ ਕਾਇਨਾਤ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲੋਸਫੀ ਨੂੰ ਮੰਨਣ ਲੱਗ ਜਾਏਗੀ, ਉਸ ਦਿਨ ਗੁਰੂ ਗ੍ਰੰਥ ਸਾਹਿਬ ਹੀ ਪੂਰੇ ਵਰਲਡ ਦੀ ਰਹਿਨਮਾਈ ਕਰਨਗੇ, ਇਹ 'ਚ ਕੋਈ ਸ਼ੱਕ ਨਹੀਂ ਹੈਗਾ। ਲੇਕਿਨ ਮੈਂ ਇਹ ਮਾਧਿਅਮ ਦੇ ਨਾਲ ਇਹ ਦੱਸਣਾ ਚਾਹੁੰਦਾ ਵਾਂ, ਆਪਣੇ ਜਿੰਨੇ ਵੀ ਮੇਰੇ ਸਿੱਖ ਵੀਰ ਨੇ ਪੂਰੇ ਅਮਰੀਕਾ ਦੇ ਵਿੱਚ, ਸਿੱਖ ਭੈਣਾਂ ਨੇ ਬੱਚੇ ਨੇ, ਇਹ ਦੱਸਣਾ ਚਾਹੁੰਦਾ ਕਿ ਮਤ ਜਾਣੋ ਕਿ ਸਿੱਖ ਲੀਡਰਸ਼ਿਪ ਵਾਸਤੇ ਬਹੁਤ ਵੱਡੀ ਸਿਆਣਪ ਦੀ ਲੋੜ ਹੈ। ਬੜੇ ਵੱਡੇ ਵੱਡੇ ਬੁੱਧੀਜੀਵੀ ਅਮਰੀਕਾ 'ਚ ਪਏ ਨੇ, ਸਿੱਖ ਬਹੁਤ ਵੱਡੇ ਵੱਡੇ ਅਤੇ ਪ੍ਰੋਫੈਸਰ ਲੱਗੇ ਨੇ, ਤੇ ਜੇ ਗੱਲ ਸਿਆਣਪ ਦੀ ਹੋਏ ਨਾ, ਬਹੁਤ ਸਿੱਖ ਸਿਆਣੇ ਪਏ ਨੇ। ਦੂਸਰੀ ਗੱਲ ਜੇ ਪੈਸੇ ਦੀ ਗੱਲ ਹੋਏ ਤੇ ਅਮਰੀਕਾ ਦੇ ਵਿੱਚ ਬਹੁਤ ਵੱਡੇ ਵੱਡੇ ਧਨਾੜ ਸਿੱਖ ਪਏ ਨੇ, ਇਹ ਗੱਲ ਪੈਸੇ ਦੀ ਨਹੀਂ ਹੈਗੀ, ਨਾ ਕੋਈ ਬਹੁਤ ਵੱਡੀ ਸਮਝਦਾਰੀ ਦੀ ਹੈ, ਇਹ ਗੱਲ ਹੈਗੀ ਹੈ ਜਿਹਦੇ ਵਿੱਚ ਸਿੱਖੀ ਦਾ ਜਜ਼ਬਾ ਹੈ ਔਰ ਕੁਛ ਕਰ ਗੁਜ਼ਰਨ ਦੀ ਉਮੰਗ ਹੈ ਔਰ ਇੱਕ ਜਨੂਨ ਹੈ, ਉਹੀ ਇਨਸਾਨ ਸਿੱਖ ਲੀਡਰਸ਼ਿਪ ਦੇ ਸਕਦਾ ਔਰ ਖਾਸ ਕਰਕੇ ਜਿਹਦੇ ਕੋਲ ਟਾਈਮ ਹੈ ਔਰ ਉਹ ਬੰਦਾ ਜਨੂਨੀ ਹੈ। ਔਰ ਅਸੀਂ ਇਹ ਚਾਹੁੰਦੇ ਹਾਂ ਕਿ ਗੁਰੂ ਸਾਹਿਬ ਨੇ ਸਿੱਖਾਂ ਨੂੰ ਜਨੂਨ ਜਜ਼ਬਾ ਬਹੁਤ ਵੱਡਾ ਦਿੱਤਾ ਹੋਇਆ, ਇਸ ਕਰਕੇ ਇਹ ਵੇਟ ਨਾ ਕਰੋ ਕਿ ਬਹੁਤ ਸਾਰਾ ਪੈਸਾ ਹੋਏ ਤਾਂ ਅਸੀਂ ਪੋਲੀਟਿਕਸ 'ਚ ਆਉਣਾ ਹੈ ਜਾਂ ਬਹੁਤ ਸਾਡੀ ਕੋਈ ਸਮਝਦਾਰੀ ਹੋਏ, ਸਾਡੇ ਕੋਈ ਡਿਗਰੀਆਂ ਫਿਗਰੀਆਂ ਹੋਣ, ਐਸਾ ਕੋਈ ਨਹੀਂ ਹੈਗਾ। ਇਹ ਤੇ ਉਹੀ ਬੰਦੇ ਨੇ ਜ਼ਿੰਦਗੀ ਦੇ ਵਿੱਚ ਪਿਛਲੇ ਤੁਸੀਂ 1000 ਸਾਲਾਂ ਦੀ ਜਾਂ 2000 ਸਾਲਾਂ ਦੀ ਜਾਂ 6000 ਸਾਲ ਦੀ ਸਿਵਿਲਾਈਜ਼ਡ ਲਾਈਫ ਨੂੰ ਜੇ ਦੇਖ ਲਓ, ਜਿਸ ਬੰਦੇ ਕੋਲ ਜਜ਼ਬਾ ਸੀਗਾ ਔਰ ਕੁਛ ਕਰ ਗੁਜ਼ਰਨ ਦਾ ਸੀਗਾ, ਉਹੀ ਇਨਸਾਨਾਂ ਨੇ ਲੀਡਰਸ਼ਿਪ ਦਿੱਤੀ ਹੈ, ਚਾਹੇ ਉਹ ਧਾਰਮਿਕ ਜਗਤ ਦੇ ਵਿੱਚ ਜਾਂ ਪੋਲੀਟੀਕਲ ਜਗਤ ਦੇ ਵਿੱਚ। ਇਸ ਕਰਕੇ ਅਸੀਂ ਇਹ ਚਾਹੁੰਦੇ ਹਾਂ ਕਿ ਜਿੰਨੇ ਵੀ ਆਪਣੀਆਂ ਵੀਰ ਨੇ, ਬੱਚੇ ਨੇ, ਭੈਣ ਨੇ, ਭਰਾ ਨੇ, ਜਿੰਨੇ ਵੀ ਸਾਡੇ ਸਿੱਖ ਨੇ ਅਮਰੀਕਾ ਦੇ ਵਿੱਚ, ਉਹ ਮਾੜੀਆਂ ਮੋਟੀਆਂ ਜਿਹੜੀਆਂ ਵੀ ਕਿਸੇ ਦੀਆਂ ਗਲਤੀਆਂ ਨੇ ਉਹਨੂੰ ਪੁੱਛਣ, ਉਹਨਾਂ ਨੂੰ ਦਰੁਸਤ ਕਰਨ, ਉਹਨਾਂ ਨੂੰ ਉੱਤੇ ਉੱਠਣ, ਤਾਂ ਕਿ ਅਸੀਂ ਰਲ ਮਿਲ ਕੇ ਜਿਹੜਾ ਗੁਰਦੁਆਰਿਆਂ ਦੇ ਵਿੱਚ ਵੀ ਅਸੀਂ ਪੂਰੀ ਆਪਣੀ ਇੱਕ ਪੋਲੀਟੀਕਲ ਪਾਵਰ ਦਿਖਾ ਸਕੀਏ। ਉਹ ਸਿਰਫ ਸਾਡੇ ਗੁਰੂ ਘਰ ਜਿਹੜੇ ਨੇ ਸਾਡੇ ਪੋਲੀਟੀਕਲ ਵੀ ਨੇ ਔਰ ਸਾਡੇ ਰਿਲੀਜੀਅਸ ਵੀ ਨੇ, ਔਰ ਉਹੀ ਇੱਕ ਐਸੀ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਸਾਨੂੰ ਸਾਰਿਆਂ ਨੂੰ ਲੜ ਲਾਇਆ। ਇਸ ਕਰਕੇ ਜਿਹੜੇ ਬੰਦੇ ਨੇ ਦਾੜੀ ਕੇਸ ਕੱਟਿਆ, ਉਹਨੂੰ ਉਹ ਤੋਂ ਨਫ਼ਰਤ ਨਾ ਕਰੋ, ਉਹਨੂੰ ਸਗੋਂ ਨਾਲ ਲਾਓ। ਜੇ ਕੋਈ ਬੰਦਾ ਕੋਈ ਹੋਰ ਕਿਸੇ ਵਿਚਾਰਧਾਰਾ ਦਾ, ਉਹਨੂੰ ਸਗੋਂ ਨਾਲ ਲਾਓ। ਇਹ ਨਹੀਂ ਕਿ ਹਰ ਕੋਈ ਬਈ ਤੂੰ ਬਾਈ ਮੋਦੀ ਨੂੰ ਮਿਲ ਆਇਆ ਤੇ ਤੂੰ ਆਰ ਐਸ ਐਸ ਬਣ ਗਿਆ ਤੇ ਤੂੰ ਫਲਾਣੇ ਨੂੰ ਮਿਲ ਆਇਆ ਤੇ ਤੂੰ ਇਹ ਬਣ ਗਿਆ ਤੇ ਤੂੰ ਉਦਾਂ ਤੇ ਤੂੰ ਇੱਦਾਂ। ਜਿੰਨਾ ਚਿਰ ਤੱਕ ਅਸੀਂ ਇਹ ਲੜਾਂਗੇ, ਤੁਸੀਂ ਖਾਲਿਸਤਾਨ ਦੀ ਗੱਲ ਕਰਦੇ ਹੋ, ਤੁਹਾਨੂੰ ਇੱਥੇ ਵੀ ਇੱਜ਼ਤ ਨਹੀਂ ਮਿਲਣੀ। ਇੱਜ਼ਤ ਹਰ ਜਗ੍ਹਾ ਉਦੋਂ ਹੀ ਹੋਣੀ ਹੈ ਜਦੋਂ ਸਿੱਖ ਸਿੱਖ ਨਾਲ ਗਲਵਕੜੀ ਪਾਏਗਾ, ਨਾ ਕਿ ਆਪਣੇ ਵੱਡੀ ਹਾਰੀ
ਪੱਗ ਬੰਨ ਕੇ ਤੇ ਕਹੇ ਵੀ ਸਿੱਖੀ ਮੈਂ ਸਿੰਘਾਂ ਨੇ ਟੰਗੀ ਏ ਤੇ ਜੇ ਮੈਂ ਸਿੰਘ ਲਾਏ ਤੇ ਸਿੱਖੀ ਡਿੱਗ ਪੈਣੀ ਹੈ, ਇੱਦਾਂ ਨਹੀਂ। ਸਿੱਖੀ ਕੋਈ ਸਿੱਖੀ ਜਿਹੜੀ ਏ ਉਹ ਸਭ ਤੋਂ ਪਹਿਲਾਂ ਸਾਡੇ ਵਾਸਤੇ ਇੱਕ ਜਜ਼ਬਾ ਹੈ, ਔਰ ਸਿੱਖੀ ਸਭ ਤੋਂ ਪਹਿਲਾਂ ਸਾਨੂੰ ਦੱਸਦੀ ਹੈ ਕਿ ਅਸੀਂ ਸਾਰੇ ਇਕੱਠੇ ਹੋਈਏ, ਇੱਕ ਦੂਜੇ ਨੂੰ ਗਲਵੱਕੜੀ 'ਚ ਲਈਏ ਔਰ ਦਿਲੋਂ ਕਹੀਏ। ਇਹ ਨਹੀਂ ਕਿ ਵੀ ਆਪਣੀ ਚੌਧਰ ਵਾਸਤੇ ਓਦਾਂ ਜੋ ਦੁਨੀਆ ਦੇ ਮਾੜੇ ਕੰਮ ਕਰੀ ਜਾਈਏ ਤੇ ਬਾਅਦ 'ਚ ਕਹੀਏ ਜੀ ਅਸੀਂ ਸਿੱਖ ਹਾਂ, ਜੀ ਅਸੀਂ ਯਹੂ ਹਾਂ, ਜੀ ਅਸੀਂ ਖਾਲਿਸਤਾਨੀ ਹਾਂ, ਜੀ ਅਸੀਂ ਪਾਕਿਸਤਾਨੀ ਹਾਂ। ਮੈਂ ਇੱਕ ਹੋਰ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਜਿਹੜੇ ਬੰਦੇ ਨੇ ਸਿੱਖ ਜਿਹੜਾ ਵੀ ਸਿੱਖ ਅਮਰੀਕਾ ਦੇ ਵਿੱਚ ਖਾਲਿਸਤਾਨ ਬਣਾ ਚਾਹੁੰਦਾ, ਮੈਂ ਕਹਿੰਦਾ ਵੀ ਸਭ ਤੋਂ ਪਹਿਲਾਂ ਸਿਰ ਧੜ ਦੀ ਬਾਜੀ ਜਾਂ ਤਨ ਮਨ ਧਨ ਗੁਰਿੰਦਰ ਸਿੰਘ ਖਾਲਸਾ ਲਾਏਗਾ। ਆਓ ਤੁਹਾਡੇ ਕੋਲ ਕੀ ਪਲਾਨ ਹੈ ਮੈਨੂੰ ਦੱਸੋ ਤੇ ਆਪਾਂ ਉਹਤੇ ਕੰਮ ਕਰੀਏ। ਪਰ ਇਹ ਨਹੀਂ ਕਿ ਹਰ ਟਾਈਮ ਜਿੱਥੇ ਵੀ ਕਿਸੇ ਕੋਈ ਵੀ ਫੰਕਸ਼ਨ ਹੈ ਉੱਥੇ ਜਾ ਕੇ ਹੁੱਲੜਬਾਜੀ ਕਰੀਏ। ਮੈਂ ਅੱਜ ਦੱਸਣਾ ਮੈਂ ਸਭ ਤੋਂ ਪਹਿਲਾਂ ਗੁਰਿੰਦਰ ਸਿੰਘ ਖਾਲਸਾ ਤਨ ਮਨ ਤੇ ਧਨ ਆਪਣੀ ਜਾਨ ਦੀ ਆਵਾਜ਼ ਦੇਗਾ। ਮੈਨੂੰ ਦੱਸੋ ਆਓ ਜਿੰਨੇ ਵੀ ਖਾਲਿਸਤਾਨੀ ਸਾਰਿਆਂ ਨੂੰ ਖੁੱਲਾ ਚੈਲੰਜ ਹੈ। ਪਰ ਇਹ ਨਹੀਂ ਕਿ ਆਪਣਾ ਖਾਲਿਸਤਾਨ ਦੇ ਨਾਂ ਦੇ ਉੱਤੇ ਪੈਸੇ ਇਕੱਠੇ ਕਰਕੇ ਆਪਣਾ ਗਲਤ ਕੰਮ ਕਰਾਈ ਜਾਂਦੇ ਨੇ, ਔਰ ਸਗੋਂ ਬੇਇੱਜ਼ਤੀ ਕਰਾਈ ਜਾਂਦੇ ਨੇ, ਸਗੋਂ ਹੋਰ ਸਿੱਖੀ ਦਾ ਨਾਮ ਖਰਾਬ ਕਰੀ ਜਾਂਦੇ ਨੇ। ਆਓ ਇਕੱਠੇ ਹੋਈਏ, ਮੈਂ ਜਿਹਨੇ ਤੁਹਾਨੂੰ ਖਾਲਿਸਤਾਨ ਚਾਹੀਦਾ ਮੈਨੂੰ ਵੀ ਚਾਹੀਦਾ, ਲਿਆਓ ਦਿੰਦੇ ਆ ਲੈਂਦੇ ਆ ਖਾਲਿਸਤਾਨ। ਪਰ ਇੱਕ ਪਲਾਨ ਤਾਂ ਹੋਏ, ਇੱਕ ਜਥੇਬੰਦ ਤਾਂ ਹੋਵੋ, ਦੱਸੋ ਤੁਹਾਡੀ ਕੀ ਪਲਾਨ ਕੀ ਹੈ, ਤੁਹਾਡਾ ਮੁੱਦਾ ਕੀ ਹੈ, ਕਿੱਥੇ ਜਾਣਾ ਹੈ, ਕਿੱਥੋਂ ਖਾਲਿਸਤਾਨ ਲੈਣਾ ਹੈ, ਕੀ ਕਰਨਾ ਹੈ। ਆਓ ਆ ਕੇ ਬੈਠੋ, ਗੱਲਬਾਤ ਕਰੋ ਜੀ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜੇ ਕੋਈ ਵੀ ਕੰਮ ਕਰਨਾ ਉਹਨੂੰ ਤੁਹਾਨੂੰ ਜਾਂ ਤਾਂ ਤੁਹਾਡੇ ਕੋਲ ਪਾਵਰ ਹੋਵੇ ਜਾਂ ਤੁਹਾਡੇ ਵਿੱਚ ਪਿਆਰ ਮੁਹੱਬਤ ਇੰਨਾ ਹੋਵੇ ਕਿ ਤੁਸੀਂ ਹਰ ਇੱਕ ਤਰ੍ਹਾਂ ਦੇ ਬੰਦੇ ਨਾਲ ਪਿਆਰ ਕਰੋ, ਉਹਨੂੰ ਮੁਹੱਬਤ ਕਰੋ, ਉਹਨੂੰ ਆਪਣੇ ਨਾਲ ਜੋੜੋ। ਜਿਸ ਤਰ੍ਹਾਂ ਆਪਾਂ ਗੋਰੇ ਕਹਿੰਦੇ ਨੇ, ਕਾਲੇ ਕਹਿੰਦੇ ਨੇ, ਮਕਸੀਕੇ ਕਹਿੰਦੇ ਨੇ, ਇਹਨਾਂ ਨੂੰ ਇਹਨਾਂ ਦੀ ਇੱਜ਼ਤ ਕਰੋਗੇ ਤਾਂ ਤੁਹਾਨੂੰ ਇੱਜ਼ਤ ਮਿਲੂਗੀ, ਇੱਜ਼ਤ ਮਿਲੂਗੀ, ਤੁਹਾਡੀ ਇੱਕ ਦੂਜੇ ਨਾਲ ਗੱਲਬਾਤ ਵਧੂਗੀ, ਗੱਲਬਾਤ ਵਧੂਗੀ ਤੇ ਆਪਾਂ ਨੂੰ ਥੋੜੀ ਸਟਰੈਂਥ ਮਿਲੂਗੀ ਅੱਗੇ ਜਾਣ ਦੀ। ਜੋ ਹੁਣ ਕਿਸਾਨ ਜਥੇਬੰਦੀਆਂ ਨੇ ਇੰਡੀਆ ਦੇ ਵਿੱਚ ਕੀਤਾ ਉਹ ਕਦੀ ਨਾ ਅੱਗੇ ਇਕੱਠੀਆਂ ਹੋਈਆਂ ਤੇ ਨਾ ਸਰਕਾਰਾਂ ਨੂੰ ਕਦੀ ਭਾਜੜ ਪਈ। ਹੁਣ ਜੇ ਉਹ ਇਕੱਠੀਆਂ ਹੋਈਆਂ ਤੇ ਸਰਕਾਰਾਂ ਨੂੰ ਭਾਜੜ ਵੀ ਪੈ ਗਈ ਤੇ ਸਰਕਾਰਾਂ ਹੁਣ ਦੁਖੀ ਨੇ, ਹੁਣ ਸਮਝ ਨਹੀਂ ਆ ਰਹੀ ਵੀ ਕਰਨਾ ਕੀ ਜਿਹੜਾ ਉਹਨੇ ਕਦੀ ਨਹੀਂ ਸੋਚਿਆ ਸੀ। ਇਸੇ ਤਰ੍ਹਾਂ ਹੀ ਮੈਂ ਕਹਿੰਦਾ ਵੀ ਜੇ ਆਪਾਂ ਇੱਥੇ ਰਹਿ ਰਹੇ, ਚਾਹੇ ਤੁਸੀਂ ਲੁਧਿਆਣਾ ਰਹਿ ਰਹੇ ਜਾਂ ਸ਼ਿਕਾਗੋ ਜਾਂ ਨਿਊਯਾਰਕ ਕੈਲੀਫੋਰਨੀਆ ਕਿੱਥੇ ਵੀ ਰਹਿ ਰਹੇ ਹਾਂ, ਤੁਸੀਂ ਆਪਣੇ ਆਲੇ ਦੁਆਲੇ ਨੂੰ ਪਿਆਰ ਮੁਹੱਬਤ ਦਿਖਾਓ ਕਿ ਸਿੱਖ ਕੌਮ ਕੀ ਕਰਨਾ ਚਾਹੁੰਦੀ ਆ ਜਾਂ ਅਸੀਂ ਕਿਸ ਤਰ੍ਹਾਂ ਦੇ ਇਨਸਾਨ ਆ, ਜਿਹੜਾ ਹੁਣ ਵਰਲਡ ਵਾਈਡ ਦੇ ਵਿੱਚ ਦੇਖਣ ਨੂੰ ਮਿਲ ਗਿਆ ਕਿ ਇਹ ਤਾਂ ਉਹ ਸਿੱਖ ਹੀ ਨਹੀਂ ਹੈ ਜਿਹੜਾ ਲੋਕਾਂ ਨੂੰ ਦੱਸਿਆ ਜਾਂਦਾ ਸੀ ਕਿ ਮਾਰ ਵੱਢਣ ਵਾਲੇ ਸਿੱਖ ਨੇ। ਨਹੀਂ, ਹੁਣ ਪਤਾ ਲੱਗਿਆ ਪੂਰੇ ਵਰਲਡ ਦੇ ਵਿੱਚ ਜੋ ਪਿਛਲੇ 500 ਸਾਲ ਦੇ ਵਿੱਚ ਨਹੀਂ ਆਪਾਂ ਕਰ ਸਕੇ। ਮੈਂ ਤਾਂ ਮੋਦੀ ਸਾਹਿਬ ਨੂੰ ਧੰਨਵਾਦ ਕਹਿੰਦਾ ਕਿ ਮੋਦੀ ਸਾਹਿਬ ਧੰਨਵਾਦ, ਇਹ ਜਿਹੜੇ ਸੁੱਤੇ ਹੋਏ ਬੰਦੇ ਸੀ ਜਿਹਨਾਂ ਨੂੰ ਅਸੀਂ ਡਾਂਗਾ ਮਾਰ ਮਾਰ ਕੇ ਥੱਕ ਗਏ, ਉੱਠੋ, ਉਹ ਉੱਠਦੇ ਨਹੀਂ ਸੀ। ਲੇਕਿਨ ਮੋਦੀ ਸਾਹਿਬ ਦੇ 3 ਬਿੱਲਾਂ ਨੇ ਪੰਜਾਬ ਦੀ ਜਿੰਨੀ ਕਮਿਊਨਿਟੀ ਕੀ ਹਰ ਇੱਕ ਬੰਦੇ ਨੂੰ, ਹਰ ਇੱਕ ਵਰਗ ਨੂੰ, ਨੌਜਵਾਨੀ ਨੂੰ ਜਗਾ ਕੇ ਰੱਖਤਾ ਕਿ ਨਹੀਂ ਨਹੀਂ ਭਾਈ ਅਸੀਂ ਨਸ਼ਿਆਂ ਨਾਲ ਨਹੀਂ। ਜਦੋਂ ਤੂੰ ਸਾਨੂੰ ਛੇੜਿਆ ਅਸੀਂ ਤਾਂ ਸੋਚਦੇ ਸੀ ਕਿ ਤੂੰ ਚੌਕੀਦਾਰ ਆ, ਵਧੀਆ ਗੱਲ ਕਰੂੰਗਾ, ਪਰ ਨਹੀਂ, ਤੂੰ ਗਲਤ ਗੱਲ ਕੀਤੀ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਟਰੰਪ ਸਾਹਿਬ ਨੇ ਮਾੜਾ ਜਿਹਾ ਗਲਤ ਕਦਮ ਲਿਆ ਤੇ ਲੋਕਾਂ ਨੇ ਲਾਹ ਕੇ ਉਧਰ ਮਾਰਿਆ, ਜਿੱਦਾਂ ਕਹਿੰਦੇ ਨਾ ਆਪਾਂ ਆਟੇ ਚੋਂ ਲੂਣ ਕੱਢਣ ਵਾਲੀ ਗੱਲ ਕੀਤੀ, ਆਟੇ ਚੋਂ ਵਾਲ ਕੱਢ ਕੇ ਉਹ ਮਾਰਿਆ ਚੱਕ ਕੇ ਵੀ ਤੂੰ ਚੱਲ ਭਾਈ। ਇਸੇ ਤਰ੍ਹਾਂ ਹੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਚਾਹੁੰਦਾ ਵੀ ਆਪਾਂ ਆਪਣੀ ਇੱਥੇ ਵਾਲੀ ਕਮਿਊਨਿਟੀ ਨੂੰ ਵੀ ਔਰ ਇੰਡੀਆ ਵਾਲੇ ਜਿਹੜੇ ਯੰਗਸਟਰ ਆਉਣ ਵਾਲੇ ਸਮੇਂ ਦੇ ਵਿੱਚ, ਭਾਈ ਤੁਸੀਂ ਵੱਧ ਚੜ੍ਹ ਕੇ ਪੜ੍ਹੇ ਲਿਖੇ ਹੋ, ਅਮੈਰੀਕਾ ਦੇ ਵਿੱਚ ਵੀ, ਕੈਨੇਡਾ ਦੇ ਵਿੱਚ ਵੀ, ਜਿੱਦਾਂ ਮੰਤਰੀਆਂ ਦੇ ਵਾਲੇ ਨੂੰ ਤੁਰੇ ਨੇ ਪੋਲੀਟੀਕਲ ਵੱਲ ਨੂੰ, ਤੁਸੀਂ ਹਰ ਇੱਕ ਮੁਲਕ ਦੇ ਜਿਹੜੇ ਪੁਰਾਣੇ ਬਜ਼ੁਰਗ, ਕਈ ਵਧੀਆ ਸੀ ਪਰ ਕਈਆਂ ਦੀਆਂ ਨੀਤੀਆਂ ਗਲਤ ਸੀ, ਉਹਨਾਂ ਨੂੰ ਪਿੱਛੇ ਹਟਾ ਕੇ ਤੁਸੀਂ ਅੱਗੇ ਆਓ ਤੇ ਪੜ੍ਹਾਈ ਲਿਖਾਈ ਦੇ ਹਿਸਾਬ ਨਾਲ ਤੁਸੀਂ ਨਵੇਂ ਕਾਨੂੰਨ ਬਣਾਓ, ਨਵਾਂ ਦੇਸ਼ ਦਾ ਸਿਧਾਂਤ ਬਣਾਓ, ਦੇਸ਼ ਦੇ ਸਿਧਾਂਤ ਨੂੰ ਕਾਇਮ ਰੱਖੋ। ਤੇ ਖਾਲਸਾ ਜੀ, ਦੂਜੀ ਇੱਕ ਛੋਟੀ ਜਿਹੀ ਗੱਲ ਜਿਹੜੀ ਤੁਹਾਨੂੰ ਇੱਥੇ ਸਿਧਾਂਤਾਂ ਬਾਰੇ ਵੀ ਪਤਾ ਆ, ਇੰਡੀਆ ਬਾਰੇ ਵੀ ਤੁਸੀਂ ਜਾਣਕਾਰੀ ਰੱਖਦੇ ਆ, ਜਿਸ ਤਰ੍ਹਾਂ ਇੱਥੇ ਆਪਾਂ ਅਮਰੀਕਾ ਦਾ ਸਿਧਾਂਤ ਫਾਲੋ ਕਰਦੇ ਹਾਂ ਕਿ ਸਟੇਟਾਂ ਦੇ ਜਿਹੜੇ ਹੱਕ ਨੇ ਉਹ ਸਟੇਟਾਂ ਨੂੰ ਦਿੱਤੇ ਜਾਂਦੇ ਆ, ਜਿਹੜੇ ਫੈਡਰਲ ਦੇ ਫੈਡਰਲ ਨੂੰ ਦਿੱਤੇ ਜਾਂਦੇ ਆ, ਤਾਂ ਹਾਈਵੇ ਵੀ ਫੈਡਰਲ ਦੇ ਡਿਪਾਰਟਮੈਂਟ ਵੀ, ਪ੍ਰਾਈਵੇਟਾਈਜ਼ ਵੀ ਹੈਗਾ ਆ। ਤੁਸੀਂ ਇਸ ਪ੍ਰਾਈਵੇਟਾਈਜ਼ ਨੂੰ ਜੋ ਇੰਡੀਆ ਦੇ ਵਿੱਚ ਉਹ ਕਰਨਾ ਚਾਹੁੰਦੇ ਉਹਨੂੰ ਲੈ ਕੇ ਇਹ ਕਾਲੇ ਕਾਨੂੰਨ ਜੇ ਲਾਗੂ ਕਰਨ ਵੀ, ਜਾਂ ਇਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਕਿ ਜੇ ਤੁਸੀਂ ਪ੍ਰਾਈਵੇਟਾਈਜ਼ ਕਰਨਾ ਵੀ ਚਾਹੁੰਦੇ ਆ, ਇਹਨਾਂ ਮੁਲਕਾਂ ਨੂੰ ਦੇਖ ਲਓ ਕਿਹੜੇ ਡਿਪਾਰਟਮੈਂਟ ਪ੍ਰਾਈਵੇਟਾਈਜ਼ ਹੋ ਰਹੇ, ਤੁਸੀਂ ਕਿੱਦਾਂ ਦੇਖਦੇ ਆ ਇਹ ਸਾਰੇ ਮਾਮਲੇ ਨੂੰ। ਦੇਖੋ, ਇੱਥੇ ਤਾਂ ਕਿਸਾਨਾਂ ਨੂੰ ਸਬਸਿਡੀ ਮਿਲਦੀ ਹੈ, ਇੱਥੇ ਕਿਸਾਨਾਂ ਨੂੰ ਰੇਟ ਵੀ ਮਿਲਦਾ, ਇੱਥੇ ਰੇਟ ਦਾ ਵੀ ਮਿਨੀਮਮ ਹੈਗਾ, ਔਰ ਇੱਥੇ ਸਬਸਿਡੀ ਵੀ ਬਹੁਤ ਜ਼ਿਆਦਾ ਸਬਸਿਡਾਈਜ਼ ਹੈ ਅਮੈਰੀਕਾ ਦਾ ਕਿਸਾਨ ਹੈ। ਔਰ ਜੇ ਤੁਸੀਂ ਜੇ ਆਪਾਂ ਇਹ ਕਹਿੰਦੇ ਵੀ ਹਾਂ ਕਿ ਵਰਲਡ ਟ੍ਰੇਡ ਆਰਗਨਾਈਜੇਸ਼ਨ ਦੇ ਤਹਿਤ ਹਿੰਦੁਸਤਾਨ ਨੂੰ ਕਰਨਾ ਪੈਣਾ, ਇਹ ਹੈ ਉਹ ਹੈ, ਮੈਂ ਤੁਹਾਨੂੰ ਦੱਸਣਾ ਕਿ ਇੱਥੇ ਹਜ਼ਾਰਾਂ ਕਿੱਲਿਆਂ ਦਾ, 20-20 ਹਜ਼ਾਰ ਕਿੱਲਿਆਂ ਦਾ ਮਾਲਕ ਹੈ, ਉੱਥੇ 2 ਕਿੱਲਿਆਂ ਦਾ ਮਾਲਕ ਹੈ। ਜਿੰਨੇ ਵੀ ਛੋਟੇ ਕਿਸਾਨ ਨੇ, ਜੇਕਰ ਇਹ ਕਾਨੂੰਨ ਨਾ ਰੱਦ ਹੋਏ, ਜਿੰਨੇ ਵੀ ਛੋਟੇ ਕਿਸਾਨ ਨੇ ਉਹ ਵਿਚਾਰੇ ਤਾਂ ਜ਼ਮੀਨ ਤੋਂ ਹੱਥ ਧੋ ਲੈਣਗੇ ਤੇ ਉੱਥੇ ਆਪਣੇ ਆਪਣੇ ਖੇਤਾਂ ਦੇ ਵਿੱਚ ਹੀ ਮਜ਼ਦੂਰ ਆ, ਉਹਨਾਂ ਨੂੰ ਮਜ਼ਦੂਰੀ ਕਰਨੀ ਪਏਗੀ। ਪਰ
ਖੁਸ਼ੀ ਦੀ ਗੱਲ ਇਹ ਹੈਗੀ ਹੈ ਕਿ ਇਸ ਟਾਈਮ ਜਿਹੜਾ ਲੀਡ ਲੈਣ ਵਾਸਤੇ ਗੁਰੂ ਸਾਹਿਬ ਨੇ ਸਿੱਖਾਂ ਦੇ ਹਿੱਸੇ ਆਇਆ ਕਿ ਜਿਹੜਾ ਹਿੰਦੁਸਤਾਨ ਦਾ ਸਿੱਖ ਹੈ ਉਹ ਇਸ ਟਾਈਮ ਲੀਡ ਲੈ ਰਿਹਾ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਵਾਸਤੇ। ਔਰ ਵਾਹਿਗੁਰੂ ਨੇ ਜੇ ਸੁੱਖ ਰੱਖਿਆ ਇਹ ਏਡਾ ਵੱਡਾ ਰੈਵੋਲੂਸ਼ਨ ਹੋ ਜਾਣਾ ਕਿ ਸਿੱਖਾਂ ਨੇ ਜਿਹੜਾ ਕਿਸਾਨਾਂ ਕਰਕੇ ਉਹਨੂੰ ਉਹਦੀ ਜੇ ਉਹ ਜਾਂ ਤਾਂ ਉਹਨੂੰ ਕਾਨੂੰਨ ਵਾਪਸ ਲੈਣੇ ਪੈਣੇ ਨੇ ਜਾਂ ਉਹਦੀ ਗੱਦੀ ਨੂੰ ਖਤਰਾ ਹੋ ਜਾਣਾ। ਔਰ ਇਹ ਜਿਹੜਾ ਸਮਝ ਲਓ ਕਿ ਸਿੱਖਾਂ ਨੂੰ ਕ੍ਰੈਡਿਟ ਮਿਲ ਰਿਹਾ ਪੂਰੇ ਵਰਲਡ ਦੇ ਵਿੱਚ ਕਿ ਉਹਨਾਂ ਨੇ ਲੀਡ ਲਈਏ। ਔਰ ਖਾਸ ਕਰਕੇ ਥੈਂਕ ਯੂ ਮੋਦੀ ਸਾਹਿਬ ਦਾ ਜਿਨ੍ਹਾਂ ਨੇ ਸਿੱਖਾਂ ਦਾ ਨਾਂ ਉਹਨਾਂ ਹਿੰਦੁਸਤਾਨ ਦੇ ਹਿੱਸਿਆਂ 'ਚ ਵੀ ਉੱਥੇ ਕਿਸਾਨਾਂ 'ਚ ਹਰ ਕਿਸਾਨ 'ਚ ਪਹੁੰਚਾਇਆ ਜਿਨ੍ਹਾਂ ਨੂੰ ਇਹਨਾਂ ਸਿੱਖਾਂ ਬਾਰੇ ਕੋਈ ਗਿਆਨ ਨਹੀਂ ਸੀ ਇੰਨੀ ਨੌਲੇਜ ਨਹੀਂ ਸੀ ਹੈਗੀ। ਪਰਮਾਤਮਾ ਨੇ ਇੰਨਾ ਮਤਲਬ ਕਿ ਇਸ ਟਾਈਮ ਚੰਗਾ ਹੀ ਕੀਤਾ। ਪਰ ਮੈਂ ਮੇਰੀ ਇਹ ਮੇਰਾ ਮੇਰਾ ਪੂਰਾ ਯਕੀਨ ਹੈ ਕਿ ਜਾਂ ਤਾਂ ਮੋਦੀ ਨੂੰ ਇਹ ਤਿੰਨੋਂ ਕਾਨੂੰਨ ਵਾਪਸ ਲੈਣੇ ਪੈਣੇ ਨੇ। ਜੇ ਉਹਨੇ ਮੋਦੀ ਨੇ ਕਾਨੂੰਨ ਵਾਪਸ ਨਾ ਲਏ ਸਮਝ ਲਓ ਕਿ ਐਸਾ ਲੰਗਰ ਪੈ ਗਿਆ, ਐਸਾ ਸੰਗਲ ਪੈ ਗਿਆ ਉਹਦੀ ਕੁਰਸੀ ਨੂੰ। ਉਹਨੇ ਮਤਲਬ ਕਿ ਇਹ ਜਿਹੜਾ ਪ੍ਰੋਟੈਸਟ ਹੈ, ਇਹ ਜਿਹੜਾ ਕਿਸਾਨਾਂ ਦਾ ਇਹ ਜਿਹੜਾ ਪ੍ਰੋਟੈਸਟ ਹੈ, ਇਹਨੇ ਐਸਾ ਉਹਦੀ ਧੂਹ ਭੰਜ ਕਰਨੀ ਹੈ ਕਿ ਉਹਦੇ ਵਾਸਤੇ ਅੱਗੋਂ ਤੇ ਇਲੈਕਸ਼ਨ ਜਿੱਤਣ ਦੇ ਖਿਆਲ ਛੱਡੋ। ਇਹੀ ਚਾਰ ਜਿਹੜੇ 3-4 ਸਾਲ ਰਹਿੰਦੇ ਨੇ ਪੂਰੇ ਕਰਨੇ ਮੁਸ਼ਕਲ ਹੋ ਜਾਣੇ ਨੇ ਉਹਦੇ ਵਾਸਤੇ। ਮੈਂ ਤਾਂ ਇਹ ਉਹਨੂੰ ਇਹੀ ਰਿਕੁਐਸਟ ਕਰਾਂਗਾ ਪ੍ਰਾਈਮ ਮਿਨਿਸਟਰ ਮੋਦੀ ਨੂੰ ਕਿ ਭਾਈ ਜੇ ਤੈਨੂੰ ਹਜੇ ਤੱਕ ਸਿੱਖਾਂ ਦਾ ਇਤਿਹਾਸ ਨਹੀਂ ਪਤਾ ਤੇ ਉਹਨੂੰ ਪੜ੍ਹੋ। ਔਰ ਇਹ ਨਾ ਦੇਖੋ ਕਿ ਜਿਸ ਤਰ੍ਹਾਂ ਇੱਕ ਨੇ ਕਿਸੇ ਨੇ ਚੁਟਕਲਾ ਪਾਇਆ ਸੀ, ਕਹਿੰਦਾ ਹਿੰਦੂ ਮੁਸਲਮਾਨ ਪੜ੍ਹਿਆ ਸੀ ਮੋਦੀ ਸ਼ਾਹ ਨੇ ਤੇ ਹੁਣ ਜਿਹੜਾ ਪੇਪਰ ਪੈ ਗਿਆ ਉਹਦੇ ਵਿੱਚ ਸਿੱਖ ਆ ਗਿਆ। ਤੋ ਇਸ ਕਰਕੇ ਭਾਈ ਸਿੱਖ ਜਿਹੜੇ ਨੇ ਉਹ ਹਿੰਦੁਸਤਾਨ ਦੀ ਸ਼ਾਨ ਨੇ, ਸਿੱਖ ਜਿਹੜੇ ਨੇ ਉਹਨਾਂ ਕਰਕੇ ਹੀ ਇੱਕ ਜਜ਼ਬਾ ਹੈ। ਔਰ ਅੱਜ ਜੇ ਮੋਦੀ ਨੇ ਇਹ 3 ਕਾਨੂੰਨ ਵਾਪਸ ਨਾ ਲਏ ਤਾਂ ਸਮਝ ਲਓ ਕਿ ਉਹਦੀ ਜਿਹੜੀ ਕੁਰਸੀ ਹੈ ਉਹਨੂੰ ਖਤਰਾ ਹੈ, ਅੱਜ ਵੀ ਖਤਰਾ ਤੇ ਕੱਲ ਵੀ ਖਤਰਾ, ਸਿੱਖਾਂ ਤੋਂ ਨਹੀਂ ਪੂਰੇ ਹਿੰਦੁਸਤਾਨ ਦੇ ਕਿਸਾਨਾਂ ਤੋਂ ਜਿਨ੍ਹਾਂ ਨੂੰ ਸਿੱਖਾਂ ਨੇ ਜਜ਼ਬਾ ਦਿੱਤਾ। ਖਾਲਸਾ ਜੀ, ਇਸੇ ਨਾਲ ਹੀ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜਾ ਤੁਸੀਂ ਆ ਸਾਰਾ ਕੁਛ ਇੱਥੇ ਦਾ ਵੀ ਦੱਸਿਆ ਔਰ ਇਹ ਵੀ ਸੰਕੇਤ ਦਿੱਤਾ ਮੋਦੀ ਸਾਹਿਬ ਨੂੰ ਕਿ ਜੇ ਸਿੱਖਾਂ ਦੇ ਇਤਿਹਾਸ ਬਾਰੇ ਉਹ ਨਹੀਂ ਜਾਣਦਾ ਤੇ ਕੋਈ ਨਾ ਕੋਈ ਕਿਤਾਬ ਲੈ ਕੇ ਪੜ੍ਹ ਲਵੇ ਕਿ ਇਹਨਾਂ ਨੇ ਵੱਡੇ ਵੱਡੇ ਜਿਹੜੇ ਆ ਮੱਲਾਂ ਮਾਰੀਆਂ ਨੇ ਉਹ ਕੱਲੀਆਂ ਇੱਥੇ ਨਹੀਂ ਬਾਹਰ ਆ ਕੇ ਵੀ। ਤੇ ਖਾਲਸਾ ਜੀ, ਹੁਣ ਮੈਂ ਤੁਹਾਨੂੰ ਤੁਹਾਡਾ ਧੰਨਵਾਦ ਦੇ ਨਾਲ ਨਾਲ ਇਹ ਕਹਿਣਾ ਚਾਹੁੰਦਾ ਕਿ ਆਪਣਾ ਟਾਈਮ ਹੁੰਦਾ ਜਾਂਦਾ, ਤੁਹਾਨੂੰ ਪਤਾ ਸਮਾਂ ਜਿਹੜਾ ਆ ਉਹ ਬੜਾ ਹੀ ਬੇਅੰਤ ਆ, ਉਹ ਖੜਾ ਨਹੀਂ ਹੁੰਦਾ, ਉਹ ਨਾ ਮੋਦੀ ਨੂੰ ਖੜਾ, ਮੋਦੀ ਨੂੰ ਉਡੀਕਦਾ, ਨਾ ਉਡੀਕਦਾ ਟਰੰਪ ਨੂੰ, ਨਾ ਤੁਹਾਨੂੰ ਤੇ ਨਾ ਮੈਨੂੰ। ਇਹ ਸਮੇਂ ਦੇ ਸਮਾਂ ਇੱਕ ਐਸੀ ਜੀ ਚੀਜ਼ ਆ ਕਿ ਇਹਨੇ ਚੱਲੀ ਜਾਣਾ, ਇਹਨੇ ਬੰਦ ਨਹੀਂ ਹੋਣਾ, ਇਹਨੇ ਚੱਲਦੇ ਚੱਲਦੇ ਨੇ। ਨਾਲ ਇਹ ਵੀ ਦੱਸੀ ਜਾਂਦਾ ਕਿ ਮੋਦੀ ਸਾਹਿਬ ਤੁਸੀਂ ਗਲਤ ਪੰਗਾ ਲੈ ਲਿਆ, ਟਰੰਪ ਸਾਹਿਬ ਤੁਸੀਂ ਗਲਤ ਫੈਸਲੇ ਲੈ ਲਏ, ਜਾਂ ਖਾਲਸਾ ਜੀ ਤੁਸੀਂ ਵਧੀਆ ਮੁਲਕ ਦੇ ਵਿੱਚ ਆ ਗਏ, ਜਾਂ ਬਰਾੜ ਸਾਹਿਬ ਤੁਹਾਨੂੰ ਆ ਮੰਚ ਮਿਲ ਗਿਆ ਬੈਠ ਕੇ, ਜੇ ਮੰਚ ਮਿਲਿਆ ਸੱਚੀ ਗੱਲ ਕਰੋ। ਮੈਂ ਤਾਂ ਇਹ ਕਹੂੰਗਾ ਕਿ ਗੱਲ ਕਰੋ ਸੱਚੀ, ਸੁਲਾ ਨੇ ਸੱਚੀ ਗੱਲ ਕਰੋ। ਜੇ ਕੋਈ ਬੰਦਾ ਗਲਤ ਹੈ ਆਪਣਾ ਭਰਾ, ਤੁਸੀਂ ਕਿਹਾ ਕਿ ਉਹਨੂੰ ਗਲ ਨਾ ਲਾਓ, ਗਲ ਨਾ ਲਾਉਣ ਦਾ ਮਤਲਬ ਜੇ ਕੋਈ ਗਲਤ ਹੋ ਗਿਆ, ਆਪਣਾ ਹਿੰਦੂ ਵੀਰ ਆ ਜਾਂ ਮੁਸਲਮਾਨ ਵੀਰ ਆ ਜਾਂ ਸਿੱਖ ਵੀਰ ਵੀ ਆ, ਉਹਨੂੰ ਕੋਈ ਨਹੀਂ, ਚੱਲ ਗਲਤੀ ਹੋ ਗਈ, ਤੂੰ ਹੁਣ ਇੱਦਾਂ ਕਰ ਵੀ ਆ ਗਲਤੀ ਨਾ ਕਰੀ, ਬਾਵਜੂਦ ਵੀ ਉਹਦੇ ਨਾਲ ਲੜੋ ਕੁੱਟਮਾਰ ਕਰਨੀ, ਉਹ ਕੋਈ ਅਸਰ ਇਨਸਾਨੀਅਤ ਨਹੀਂ। ਗਲਤੀ ਹਰ ਇੱਕ ਤੋਂ ਹੋਊਗੀ ਤੇ ਉਹ ਗਲਤੀ ਉਹਦੀ ਮਾਫ਼ ਕੀਤੀ ਜਾਊਗੀ। ਜਿਸ ਤਰ੍ਹਾਂ ਆਪਣੇ ਤਾਂ ਗੁਰੂ ਵੀ ਕਹਿੰਦੇ ਆ ਕਿ ਕੋਈ ਗੱਲ ਨਹੀਂ, ਸਿੱਖਾਂ ਤੇ ਤੋਂ ਗਲਤੀ ਹੋ ਗਈ, ਚੱਲ ਤੂੰ ਗਲਤੀ ਮੰਨ ਕੇ ਸੇਵਾਦਾਰ ਬਣ। ਬਿਲਕੁਲ। ਪਰ ਹਾਂ, ਜੇ ਤੁਸੀਂ ਇੱਕ ਵਾਰੀ ਚੋਰੀ ਕਰਦੇ ਫੜੇ ਗਏ, 2 ਵਾਰੀ ਫੜੇ ਗਏ ਮੋਦੀ ਸਾਹਿਬ ਵਾਂਗੂ, ਫਿਰ ਝੂਠ ਬੋਲਣਾ ਥੋੜਾ ਘੱਟ ਕਰ ਲਓ। ਤੁਹਾਨੂੰ ਫਿਰ ਵੀ ਜਿਹੜੇ ਪੰਜਾਬੀ ਨੇ ਬੜੇ ਦਲਿਆਦਰ ਨੇ, ਸਿੱਖ ਤਾਂ ਉਹਨਾਂ ਦੀ ਕੌਮ ਚੋਂ ਨਿਕਲੀ ਹੋਈ, ਇਹ ਵੀ ਦਲਿਆਦਰ ਦਿਲ ਦਰਿਆ ਕੌਮ ਆ, ਜਿਹੜੇ ਤੁਹਾਨੂੰ ਮਾਫ਼ ਕਰ ਦੇਣਗੇ। ਤੇ ਮੋਦੀ ਸਾਹਿਬ ਕੀ, ਉਹਨਾਂ ਨੇ ਵੱਡੇ ਵੱਡੇ ਜਿੱਥੇ ਦਿੱਲੀ ਜਿੱਤ ਕੇ ਆਪਣੇ ਵੱਡੇ ਵੱਡੇ ਰਾਜਿਆਂ ਨੂੰ ਜਿੱਤ ਕੇ ਛੱਡਤਾ, ਇੱਕ ਗੱਲ ਕਹਿਣ ਤੇ ਛੱਡਤਾ ਵੀ ਸਾਡਾ, ਸਾਨੂੰ ਥੋੜੀ ਜਿਹੀ ਰਹਿਤ ਕਰੋ, ਉਹਨਾਂ ਨੇ ਰਾਜ ਹੀ ਛੱਡਤਾ। ਦਿੱਲੀ ਕਿੰਨੀ ਵਾਰੀ ਜਿੱਤ ਕੇ ਛੱਡੀ ਹੋਈ ਆ। ਬਿਲਕੁਲ। ਪਰ ਫਿਰ ਵੀ ਮੈਂ ਤੁਹਾਨੂੰ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਨਾ ਚਾਹੁੰਦਾ, ਜਿਹੜਾ ਤੁਸੀਂ ਇੱਥੇ ਦੀ ਰਾਜਨੀਤੀ ਬਾਰੇ ਦੱਸਿਆ। ਤੇ ਹੁਣ ਇਸੇ ਤਰ੍ਹਾਂ ਹੀ ਖਾਲਸਾ ਜੀ, ਜਾਂਦੇ ਜਾਂਦੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਟਾਈਮ ਹੋ ਗਿਆ, ਮੈਂ ਲੈਣਾ ਇਜਾਜ਼ਤ, ਤੇ ਇਸੇ ਤਰ੍ਹਾਂ ਹੀ ਤੁਸੀਂ ਜੁੜੇ ਰਹੋ। ਆਪਾਂ ਮੋਰਲੇ ਹਫ਼ਤੇ ਫਿਰ ਸੋਮਵਾਰ ਤੇ ਮੰਗਲਵਾਰ ਲਾਈਵ ਹੁੰਦੇ ਹਾਂ 11 ਤੋਂ 12। ਥੱਲੇ ਮੇਰਾ ਈਮੇਲ ਵੀ ਆ ਰਿਹਾ, broad@justbroadcasting.com। ਮੇਰਾ ਨੰਬਰ ਵੀ ਹੈ 317-538-5385। ਤੁਸੀਂ ਕਾਲ ਵੀ ਕਰ ਸਕਦੇ ਹੋ, ਜੁੜ ਸਕਦੇ ਹੋ, ਆਪਣੇ ਵਿਚਾਰ ਦੱਸ ਸਕਦੇ ਹੋ। ਤੇ ਇਸੇ ਤਰ੍ਹਾਂ ਹੀ ਦਿਓ ਜਿੰਮੀ ਬਰਾੜ ਨੂੰ ਇਜਾਜ਼ਤ, ਤੇ ਖਾਲਸਾ ਜੀ ਤੁਹਾਡਾ ਇੱਕ ਵਾਰ ਫਿਰ ਧੰਨਵਾਦ। ਆਪਾਂ ਫਿਰ ਮਿਲਾਂਗੇ ਮੋਰਲੇ ਹਫ਼ਤੇ ਸੋਮਵਾਰ ਨੂੰ 11 ਤੋਂ 12। ਧੰਨਵਾਦ।